लो भाई, मेरी तो हम खुशी का कोई ठिकाना नहीं है। आपकी कोई खुशी नहीं ना आपको? चलो जैकेट उतारो। ओ भाई पहुंच गए। चाइना दी ही दूजी क्रूज है इसे कंपनी दी, ते इथों लंघ रही है भाई, क्योंकि असि ऑलमोस्ट अंटार्कटिका पहुंच चुके हैं। ते ए इथों हेलो ओके जी, सत श्री अकाल दोस्तों, स्वागत करते हैं नवें दिन ते नवी वीडियो दे विच। अज भाई तीजा दिन है ते ऐ समझ लो भी आपां अंटार्कटिका कॉन्टीनेंट ते तां पहुँच चुके हैं, लेकिन भाई हले भी आपां समुंदर दे विच चल रहे हैं। ड्रेक पासिस दे विच, अंटार्कटिक ओशन दे विच ऑलमोस्ट एंटर कर चुके हैं आपां। जिहड़े आइलैंड हुंदे आ पहलां, ओह आ चुके आ। तीजा दिन अज, पहले दिन तां खैर आए सी शाम नूं, दूजे दिन कल भाई सारा दिन ही सी सिकनेस दे विच ही लंघिया मेरा, इदां कहूँगा। खैर मैं जांदा सीगा, एक डेढ़ घंटा जांदा सीगा, फिर आ के मैनूं पैणा पैंदा सीगा। खैर ਸ਼ਿਪ 'ਚ ਕੁਛ ਕਰ ਵੀ ਨਹੀਂ ਸਕਦੇ ਬਹੁਤਾ ਕੁਛ ਖਾਸ ਤੁਸੀਂ। ਅੱਜ ਬਈ ਅਪਰੋਕਸੀਮੇਟਲੀ ਇਹਨਾਂ ਦਾ ਟਾਈਮ ਹੈਗਾ ਵੀ ਆਪਾਂ ਪਹੁੰਚ ਜਾਵਾਂਗੇ ਅੰਟਾਰਕਟਿਕਾ 3-4 ਵਜੇ, ਲਗਭਗ 9 ਵਜ ਰਹੇ ਆ ਸਵੇਰ ਦੇ। ਚੱਲਦੇ ਹਾਂ ਬ੍ਰੇਕਫਾਸਟ ਕਰਨ, ਉਸ ਤੋਂ ਬਾਅਦ ਉੱਤੇ ਦਾ ਦਿਖਾਉਂਦੇ ਹਾਂ। ਉੱਤੇ ਕਹਿੰਦੇ ਕੋਈ ਵੇਲਸ ਵਗੈਰਾ ਦਿਖਣਗੀਆਂ ਤਾਂ ਦਿਖਾਉਣਗੇ ਬਈ। ਟੈਂਪਰੇਚਰ ਹੋ ਰਿਹਾ 10 ਡਿਗਰੀ ਸੈਲਸੀਅਸ, ਮਾਈਨਸ 'ਚ ਹਾਲੇ ਤੱਕ ਤਾਂ ਨਹੀਂ ਗਿਆ, ਪਰ ਹਾਂ ਸ਼ਾਇਦ ਜਿੱਥੇ ਆਪਾਂ ਪਹੁੰਚਾਂਗੇ ਉੱਥੇ ਹੋਊਗਾ। ਠੰਡ ਵੈਸੇ ਕਾਫੀ ਲੱਗ ਰਹੀ ਹੈ ਵੀ, 3 ਡਿਗਰੀ ਵੀ ਕਾਫੀ ਘੱਟ ਹੁੰਦਾ। ਲਹਿਰਾਂ ਚੱਲ ਰਹੀਆਂ ਵੀ ਬਹੁਤ ਤੇਜ਼, ਰਾਤ ਪਤਾ ਨਹੀਂ ਇਹਨਾਂ ਨੇ ਕੋਈ ਪੜਦਾ ਜਿਹਾ ਲਾਤਾ ਸੀ, ਕੁਛ ਲਾਇਆ ਸੀ ਯਾਰ, ਮੈਨੂੰ ਸਮਝ ਨਹੀਂ ਆਈ ਸੀ, ਪਰ ਦਿਖ ਨਹੀਂ ਰਿਹਾ ਸੀ, ਪਤਾ ਲੱਗ ਰਿਹਾ ਸੀਗਾ। ਚਲੋ ਬੰਦ ਕਰੀਏ। ਆਹ ਦੇਖੋ ਵੀ ਅੱਜ ਇਹਨਾਂ ਨੇ ਆਹ ਟਾਈਮ ਦਿੱਤਾ ਵੀ ਸ਼ਾਮ ਨੂੰ ਆਪਾਂ ਪਹੁੰਚਾਂਗੇ, ਆਹ ਅੱਜ ਦਾ ਹੀ ਹੈ ਨਾ। ਹਾਂ ਅੱਜ ਦਾ ਹੀ ਆ, ਦੇਖ ਲਓ। ਅਤੇ ਇਹ ਤਾਂ ਵੀ 9:30 ਵਜੇ ਆਹ ਸਾਰਾ ਕੁਛ, 2:30 ਵਜੇ ਅੰਟਾਰਕਟਿਕਾ ਲਾਈਵ ਏ ਡੇਲੀ ਬਰੀਫਿੰਗ, ਮਤਲਬ ਪਹੁੰਚ ਜਾਂਗੇ ਅੱਜ ਸ਼ਾਮ ਨੂੰ। ਕਹਿੰਦੇ ਆ ਵੀ 5 ਵਜੇ ਉੱਥੇ ਲਾਵਾਂਗੇ, ਪਤਾ ਲੱਗੂਗਾ ਕੀ ਆ। ਇਹਨਾਂ ਨੇ ਦੂਰਬੀਨ ਵੀ ਦਿੱਤੀ ਆ, ਚਾਹੋ ਤਾਂ ਦੇਖ ਸਕਦੇ ਹੋ, ਵੈਸੇ ਹੁਣ ਤਾਂ ਕੁਛ ਦਿਖਦਾ ਨਹੀਂ ਆ। ਆਹ ਦੇਖੋ ਇੱਥੇ ਵੀ ਦਿਖ ਰਿਹਾ, ਸਕਰੀਨ 'ਤੇ ਦੇਖ ਸਕਦੇ ਹੋ, ਆਲਮੋਸਟ ਪਹੁੰਚਣ ਵਾਲੇ ਆ। ਇੱਥੋਂ ਚੱਲੇ ਸੀ ਆਪਾਂ, ਹੁਣ ਜੂਮ ਇਨ 'ਚ ਆਊਗਾ ਦਿਖਾਉਣਾ। ਆਹ ਦੇਖੋ ਜਿਹੜੇ ਆਈਲੈਂਡ ਨੇ ਇਹਨਾਂ ਦੇ ਤਾਂ ਲਗਭਗ ਆਪਾਂ ਬਰਾਬਰ ਪਹੁੰਚ ਚੁੱਕੇ ਹਾਂ, ਪਰ ਸਾਡਾ ਕਿਤੇ ਇੱਥੇ ਮੇਨਲੈਂਡ ਅੰਟਾਰਕਟਿਕਾ 'ਤੇ ਹੀ ਰੁਕੂਗਾ ਮੈਨੂੰ ਲੱਗਦਾ, ਜਾ ਕੇ ਪਹਿਲਾ ਪੁਆਇੰਟ ਆ ਜਿਹੜਾ। ਉਸ ਤੋਂ ਬਾਅਦ ਫਿਰ ਆਸੇ ਪਾਸੇ ਜਾਣਾ ਸ਼ੁਰੂ ਕਰੂਗਾ, 4-5 ਦਿਨ ਫਿਰ ਇੱਥੇ ਹੀ ਆ ਆਪਾਂ। ਆਹ ਸਾਰੇ ਦੇਸ਼ਾਂ ਦੇ ਨੇ, ਇਹਨਾਂ 'ਚ ਰਸ਼ੀਆ ਦਾ ਸੀਗਾ, ਚੈੱਕ ਅੰਟਾਰਕਟਿਕ ਸਟੇਸ਼ਨ, ਕਈ ਸਾਰੇ ਨੇ ਇੱਥੇ ਬਾਈ। ਅੱਜ ਮੈਨੂੰ ਤਾਂ ਸਾਫ਼ ਵੀ ਕਰਕੇ ਜਾਊਗਾ, ਕਿਹਾ ਤਾਂ ਹੈ, ਵੈਸੇ ਤਾਂ ਡੇਲੀ ਆਉਂਦੇ ਆ ਬਾਈ। ਕੱਲ ਮਨਾ ਕਰਤਾ ਸੀਗਾ, ਮੈਂ ਕਿਹਾ ਰਹਿਣ ਦਿਓ, ਇੱਕ ਦਿਨ ਛੱਡ ਕੇ ਹੋ ਜਾ ਕਰੂਗਾ। ਚਲੋ ਪਹਿਲਾਂ ਬ੍ਰੇਕਫਾਸਟ ਕਰੀਏ ਅਤੇ ਫਿਰ ਉਸ ਤੋਂ ਬਾਅਦ ਚੱਲਦੇ ਹਾਂ ਆਪਾਂ 7th floor 'ਤੇ, ਉੱਤੋਂ ਦਾ ਨਜ਼ਾਰਾ ਦੇਖਦੇ ਹਾਂ, ਕਿਉਂਕਿ ਵੀ ਇਹਨਾਂ ਨੇ ਬੰਦ ਕਰਤੇ ਸੀ ਗੇਟ ਵਗੈਰਾ, ਜ਼ਿਆਦਾ ਹਿੱਲ ਰਹੀ ਸੀਗੀ, ਕੋਈ ਬਈ ਡਿੱਗ ਡੁੱਗ ਜੇ ਐਵੇਂ ਦਾਰੂ ਦੂਰੂ ਪੀ ਕੇ ਜਾਂ ਕੁਛ ਵੀ ਅਤੇ ਬੰਦ ਕਰ ਦਿੰਦੇ ਆ। ਪਰ ਅੱਜ ਇਹਨਾਂ ਨੇ ਖੋਲ੍ਹਿਆ ਕਾਫੀ ਨੇੜੇ ਆ ਕੇ, ਹਿੱਲ ਹਲੇ ਵੀ ਕਾਫੀ ਰਹੀ ਆ, ਪਰ ਇਹ ਨਾਲ ਹੋਣਗੇ ਅੱਜ ਇਹਨਾਂ ਦੇ ਜਿਹੜੇ ਵੀ ਇੰਸਟਰਕਟਰ ਵਗੈਰਾ ਜੋ ਵੀ ਆ, ਤਾਂ ਜੋ ਉਹ ਦਿਖਾ ਸਕਣ ਵੀਲਸ ਵਗੈਰਾ ਅਤੇ ਉਹ ਸਾਰਾ ਕੁਛ। ਜੇ ਦਿਖਣਗੀਆਂ ਤਾਂ ਬਈ, ਉਹ ਤਾਂ ਉਹ ਤਾਂ ਕੋਈ ਗਰੰਟੀ ਨਹੀਂ ਹੈ, ਕੋਸ਼ਿਸ਼ ਕਰਨਗੇ। ਲਓ ਵੀ ਇੱਥੇ ਚੱਲ ਰਿਹਾ ਸਾਰਾ ਬ੍ਰੇਕਫਾਸਟ ਕੱਲ੍ਹ ਦੀ ਤਰ੍ਹਾਂ। ਓਕੇ, ਸੋ ਮੈਂ ਤਾਂ ਬਈ ਕੁਛ ਫਰੂਟਸ ਹੀ ਲੈ ਕੇ ਆਇਆ, ਕਿਉਂਕਿ ਹਲਕਾ ਹੀ ਠੀਕ ਰਹੂਗਾ ਸਵੇਰੇ, ਅਤੇ ਐਨਰਜੀ ਵੀ ਦੇ ਦੇਣਗੇ, ਸੀ ਸਿਕਨੈਸ ਤੋਂ ਥੋੜ੍ਹਾ ਬਹੁਤ ਤਾਂ ਬਈ ਬਚਾਉਣਗੇ। ਖਾ ਲਈਏ ਫਿਰ ਚੱਲਦੇ ਹਾਂ ਆਪਾਂ 7th floor 'ਤੇ। ਇਹ ਵਾਲਾ ਬਾਈ ਬਾਈ ਬਿਲਕੁਲ ਸਵੇਰੇ ਸਵੇਰੇ ਬਣਾਉਂਦਾ ਫਰੈਸ਼ ਜੂਸ, ਵੈਸੇ ਤਾਂ ਬਈ ਦੂਜਾ ਹੁੰਦਾ ਬੋਟਲ ਵਾਲਾ, ਇਹ ਫਰੈਸ਼ ਬਣਾ ਕੇ ਇੱਦਾਂ ਪਾ ਕੇ ਰੱਖ ਦਿੰਦਾ ਬਾਈ। ਇੱਕ ਮੈਂ ਇਹ ਵੀ ਲਿਆ, ਬ੍ਰੇਕਫਾਸਟ ਮੈਂ ਕਰਿਆ ਹੁੰਦਾ, ਫਰੂਟਸ ਅਤੇ ਜੂਸ ਮੈਂ ਤਾਂ ਲੈ ਲਿਆ ਬਈ, ਥੋੜ੍ਹਾ ਹੈਵੀ ਮੈਂ ਨਹੀਂ ਖਾ ਰਿਹਾ ਜਦ ਤੱਕ ਬਈ ਸ਼ਿਪ ਨਹੀਂ ਰੋਕਦੀ ਜਾਂ ਇੱਦਾਂ ਇੱਦਾਂ ਕਰਨੋਂ ਨਹੀਂ ਹਟਦੀ।
ਉਹ ਤੱਕ ਸਿਰਫ ਐਨਰਜੀ ਬਰਕਰਾਰ ਰੱਖਣ ਲਈ ਖਾਧਾ ਜਾ ਰਿਹਾ। ਇੱਥੇ ਬੈਠੇ ਨਹੀਂ ਹੋਏ ਯਾਰ ਐਕਸਪੀਡੀਸ਼ਨ ਵਾਲੇ। ਆ ਇਹਨਾਂ ਨੇ ਲਾਤਾ ਬਈ ਪਹਿਲੇ ਆਈਸਬਰਗ ਵਾਲਾ ਕਦੋਂ ਦਿਖੂਗਾ। ਮੇਰੇ ਹਿਸਾਬ ਨਾਲ ਤਾਂ ਹਲੇ ਦਿਸਿਆ ਨਹੀਂ ਹੋਣਾ, ਪਰ ਪਤਾ ਕਿਵੇਂ ਲੱਗੂਗਾ ਬਈ ਵਿਨਰ ਲਿਸਟ ਦਾ। ਕੱਲ੍ਹ ਵਾਲੀ ਵੀਡੀਓ 'ਚ ਜੇਕਰ ਤੁਸੀਂ ਦੇਖਿਆ ਹੋਣਾ, ਲਾ ਕੇ ਗਏ ਸੀ ਆਪਾਂ। ਚਲੋ ਛੱਡੋ, ਹੁਣ ਆਪਾਂ ਚੱਲਦੇ ਹਾਂ 7ਵੇਂ ਫਲੋਰ 'ਤੇ ਉੱਤੇ। ਇੱਕ ਕੰਮ ਕਰਦੇ ਹਾਂ ਬਈ, ਪਹਿਲਾਂ ਜੈਕਟ ਚੱਕ ਲਈਏ ਇੱਥੋਂ, ਕਿਉਂਕਿ ਬਈ ਉੱਤੇ ਹੋਊਗੀ ਠੰਡ, ਹਵਾ ਬਹੁਤ ਤੇਜ਼ ਚੱਲ ਰਹੀ ਆ। 3 ਡਿਗਰੀ ਆ ਵੈਸੇ, ਪਰ ਹਵਾ ਬਈ ਫੀਲਸ ਲਾਈਕ ਪਤਾ ਨਹੀਂ ਹੁਣ ਕਿੰਨਾ ਹੋਊਗਾ, ਘੱਟ ਹੀ ਹੋਊਗਾ। ਬਈ ਅੰਟਾਰਟਿਕਾ ਦੇ ਨੇੜੇ ਆ ਰਹੇ ਹਾਂ ਆਪਾਂ, ਦੁਨੀਆ ਦੀ ਸਭ ਤੋਂ ਠੰਡੀ ਥਾਂ ਹੈ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਉਹ ਸਾਊਥ ਪੋਲ ਦੇ ਨੇੜੇ ਹੁੰਦੀ ਹੈ, ਉੱਥੇ ਕੋਈ ਜਾ ਵੀ ਨਹੀਂ ਸਕਦਾ। ਸੋ ਇੱਦਾਂ ਮੰਨ ਕੇ ਚੱਲੋ ਰਸ਼ੀਆ ਵਾਲੀ ਹੀ ਸਭ ਤੋਂ ਠੰਡੀ ਥਾਂ, ਕਿਉਂਕਿ ਉੱਥੇ ਲੋਕ ਵੀ ਰਹਿੰਦੇ ਨੇ ਅਤੇ ਸਾਰਾ ਕੁਛ ਆ। ਕਰੰਟ ਬਹੁਤ ਮਾਰਦਾ ਯਾਰ ਕਈ ਵਾਰੀ, ਸਟੀਲ ਹੈ ਨਾ ਸਟੇਨਲੈਸ। ਚਲੋ ਜੈਕਟ ਚ ਬਾਈਕ ਕਰ ਗਿਆ ਮੈਨੂੰ ਲੱਗਦਾ ਯਾਰ ਸੈਟਿੰਗ ਦਾ। ਹਾਂ ਪਾਣੀ ਪੂਣੀ ਵੀ ਰੱਖ ਗਿਆ, ਸਾਫ਼ ਕਰ ਗਿਆ, ਤੇਜ਼ੀ ਵਰਤੀ ਬਾਈ ਨੇ। ਚਲੋ ਜੈਕਟ ਚੱਕੀਏ ਫਿਰ ਚੱਲੀਏ। ਜੈਕਟ ਪਾ ਲਈ ਆ ਅਤੇ ਹੁਣ ਤਿਆਰ ਹਾਂ ਆਪਾਂ। ਲਿਫਟ ਤੋਂ ਵੀ ਜਾ ਸਕਦੇ ਹਾਂ, ਆਪਾਂ ਲਿਫਟ ਤੋਂ ਹੀ ਚੱਲਦੇ ਹਾਂ 7ਵੇਂ 'ਤੇ। ਓ ਸੋਰੀ, ਓਕੇ ਲਓ ਵੀ ਆ ਗਏ ਆਪਾਂ 7ਵੇਂ 'ਤੇ। ਹੁਣ ਬਾਹਰ ਕਿੱਥੋਂ ਜਾਣਾ ਸੀਗਾ? ਹਾਂ ਕਿਤੋਂ ਵੀ ਜਾ ਸਕਦੇ ਹਾਂ, ਇੱਧਰੋਂ ਵੀ ਜਾ ਸਕਦੇ ਹਾਂ, ਅੱਗੋਂ ਵੀ ਜਾ ਸਕਦੇ ਹਾਂ। ਤਾਂ ਬਾਹਰ ਆ ਮੇਰੇ ਹਿਸਾਬ ਨਾਲ, ਦਿਖਾ ਰਿਹਾ ਮੈਨੂੰ ਲੱਗਦਾ। ਅਨਕੁਰ ਬਾਈ ਵੀ ਕਹਿੰਦੇ ਸੀ ਇੱਥੇ ਹੀ ਹੈ, ਇੱਥੇ ਦਿਖਦਾ ਰਹੇ ਨਹੀਂ ਕਿਤੇ ਯਾਰ, ਜਾ ਸਕਦੇ ਹਾਂ। ਓਏ ਹੋਏ ਹੋਏ ਹੋਏ, ਪਰ ਬਈ ਹਵਾ ਬਹੁਤ ਤੇਜ਼ ਚੱਲ ਰਹੀ ਆ, ਇੱਦਾਂ ਲੱਗ ਰਿਹਾ ਮੇਰਾ ਤਾਂ ਉੱਡ ਜੂਗਾ ਬਈ ਫੋਨ ਹੀ। ਉੱਤੇ ਨਹੀਂ ਦੇਖਿਓ, ਅੱਗੋਂ ਆ ਉੱਤੇ ਨੂੰ ਜਾਂਦਾ ਤਾਂ ਪਤਾ ਲੱਗਦਾ ਪੂਰਾ। ਆਪ ਖੜੇ ਹੋ ਮੇਰੇ ਕੋਲ, ਲੱਗਾ ਇਨਕਾ ਕੋਈ ਉਹ ਖੜਾ ਹੋਊ ਮੱਛਲੀ ਪਕੜ ਰਿਹਾ। ਉੱਤੇ ਰੀ ਬਹੁਤ ਤੇਜ਼ ਆ ਨਾ, ਫੋਨ ਹੱਥ 'ਚੋਂ ਛੁੱਟ ਗਿਆ ਤਾਂ ਬਈ ਗਿਆ ਸਮਝੋ। ਕਾਂ ਦਿਖਾ, ਕਿਤਨੇ ਵਜੇ ਦਿਖਾ? ਅੱਛਾ ਤਾਂ ਯੂੰ ਮੰਨ ਲਓ ਜੀਤ ਤੋਂ ਮੈਂ ਹੀ ਗਿਆ ਫਿਰ, 7-13 ਕੇ ਬਾਅਦ ਹੀ ਦਿਖਾ ਜਾਂ 7-13? ਅੱਛਾ ਠੀਕ ਹੈ। ਓਏ 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 ਓਏ, ਬਹੁਤ ਤੇਜ਼ ਚੱਲ ਰਹੀ ਆ ਬਈ ਹਵਾ। ਆ ਜੈਕਟ ਪਹਿਨ ਕੇ ਆ ਗਏ, ਜੈਕਟ ਪਹਿਨ ਕੇ ਆ ਗਏ, ਚੋਰੀ ਕਰ ਲਈ ਨਾ ਮੇਰੀ ਜੈਕਟ। ਆ ਗਿਆ ਮੈਂ ਅੰਦਰ ਆ ਗਿਆ ਬਈ, ਬਾਹਰ ਤਾਂ ਮਤਲਬ ਇੱਦਾਂ ਖੜਾ ਨਹੀਂ ਜਾ ਸਕਦਾ। 2-4-5 ਮਿੰਟ ਤੋਂ ਬਾਅਦ ਹੁਣੇ ਥੋੜ੍ਹੀ ਦੇਰ ਜਾਵਾਂਗੇ ਬਾਹਰ, ਫੋਟੋ ਖਿੱਚ ਕੇ ਆਵਾਂਗੇ। ਬਾਹਰ ਹੈ ਉੱਤੇ ਤਾਂ 24 ਘੰਟੇ ਖੁੱਲ੍ਹਾ ਰਹਿੰਦਾ, ਦੇਖ ਲਓ ਇੱਥੇ 24 ਘੰਟੇ ਕੋਈ ਨਾ ਕੋਈ ਮਿਲ ਜੂਗਾ, ਬੈਠੇ ਰਹਿਣਗੇ। ਉਹ ਕੀ ਕਰ ਰਿਹਾ? ਉਹ ਯੋਗਾ ਕਰ ਰਿਹਾ ਬਈ, ਯੋਗਾ ਹੀ ਹੈ ਉਹ ਇੱਕ ਤਰ੍ਹਾਂ ਸੇ। ਚਲੋ ਠੰਡ ਬਹੁਤ ਆ ਬਾਹਰ, ਇਹ ਮੇਰੀ ਜੈਕਟ ਕਿਉਂ ਚੁਰਾ ਲਈ ਆਪਣੇ? ਮੇਰਾ ਤੇਰਾ ਕੈਪ ਵੈਸੇ ਵੀ ਨਹੀਂ ਲੈ ਕੇ ਜਾਣੇ ਵਾਲੇ ਨਾ, ਨਹੀਂ ਲੈ ਕੇ ਜਾਊਂਗਾ ਯਾਰ। ਮਹਿੰਗੀ ਸੀ ਲੱਗ ਰਹੀ ਹੈ ਬਈ, ਬੜੀ ਮਹਿੰਗੀ ਜੀ ਲੱਗ ਰਹੀ ਹੈ ਨਾ, ਭਾਰੀ ਭਾਰੀ ਜੀ ਹੈ ਨਾ, ਛੱਡਣ ਦਾ ਦਿਲ ਨਹੀਂ ਕਰ ਰਿਹਾ। ਪਰ ਬਹੁਤ ਲੋਕ ਛੱਡ ਜਾਂਦੇ ਹੋਣਗੇ ਕਿਉਂਕਿ ਭਾਰੀ ਬਹੁਤ ਹੈ, ਬੈਗ 'ਚ ਹੀ ਨਹੀਂ ਆਉਂਦੀ ਹੈ। ਕੋਈ ਸਮਾਲ ਵਾਲੀ ਛੋੜ ਕੇ ਜਾਏਗਾ, ਮੈਂ ਲੈ ਜਾਊਂਗਾ ਉਸਕੀ। ਚਲੋ ਬਾਹਰ ਜਾ ਕੇ ਆਏ ਸੀਗੇ, ਬਾਹਰ ਤਾਂ ਬਈ ਹਿੰਮਤ ਨਹੀਂ ਹੋ ਰਹੀ, ਇੰਨੀ ਠੰਡ ਪੈ ਰਹੀ ਆ ਬਈ। ਆ ਜੈਕਟ ਦੇ ਅੰਦਰ ਨਾ ਇੱਕ ਉਹਨਾਂ ਨੇ ਹੋਰ ਜੈਕਟ ਮਤਲਬ ਜਿਹੜੀ ਦੂਜੀ ਵਾਲੀ ਹੁੰਦੀ ਆ, ਹਾਫ ਬਾਜੂ ਵਾਲੀ ਜੈਕਟ ਆ, ਇਹ ਮੇਰੀ ਜੈਕਟ ਆ ਅਨਕੁਰ ਬਾਈ ਪਾਇਆ, ਕਿਉਂਕਿ ਇਹਨਾਂ ਨੇ ਮੀਡੀਅਮ ਸਾਈਜ਼ ਔਡਰ ਕਰਤਾ ਸੀ, ਔਰ ਮੀਡੀਅਮ ਆ ਬਹੁਤ ਵੱਡਾ, ਸਮਾਲ ਹੀ ਬਹੁਤ ਵੱਡਾ, ਅਤੇ ਸਮਾਲ ਫਿਰ ਵੀ ਠੀਕ ਆ ਰਿਹਾ। ਦੇਖੋ ਆ ਹੋ ਗਈ ਸਿੰਗਲ ਹੈ ਨਾ, ਅਤੇ ਇਹਦੇ ਥੱਲੇ ਉਹ ਦੂਜੀ ਆ, ਬਹੁਤ ਲੂਜ਼ ਲੱਗ ਰਹੀ ਆ ਜਿੱਥੋਂ। ਨਹੀਂ ਬੜੀ ਨਹੀਂ, ਇਸਕੇ ਦੇਖੋ ਸ਼ੋਲਡਰ ਵੀ ਦੇਖੋ। ਅਰੇ ਬਾਜੀ ਸ਼ੋਲਡਰ ਵੋਲਡਰ ਕਾ ਨਹੀਂ ਹੋਤਾ ਕੁਝ, ਬੜੀ ਹੋਤੀ ਹੈ। ਹੋਤੀ ਹੈ ਪਰ ਇਹ ਵੈਸੀ ਬੜੀ ਨਹੀਂ ਹੈ। ਵੋ ਬਣਾਈਏ ਫਿਰ, ਹੈ ਹਮਾਰੇ ਲਈ ਨਹੀਂ ਹੈ ਤੋ ਕਿਸਕੇ ਲਈ? ਵੈਸੇ ਹੀ ਬਣਾ ਦੀ ਇਹਨਾਂ ਨੇ, ਖੁੱਲੇ ਖੁੱਲੇ ਸਾਈਜ਼।
ਇੱਥੇ ਜਾ ਇੰਡੀਆ ਮੇ ਨਹੀਂ ਪਹਿਨਤੇ ਸਭ ਜ਼ਿਆਦਾ ਯਹਾਂ ਪੇ ਅਮੈਰੀਕਨ ਆਤੇ ਔਰ ਵੋ ਹੋਤੇ ਮੋਟੇ ਯੇ ਦਿੱਕਤ ਹੈ ਅੱਛਾ ਲੜਕੀਆਂ ਨਹੀਂ ਆਤੀ ਪਤਲੀ ਲੜਕੀ ਉਹ ਬੈਠੀ ਤੇ ਵੋ ਵੀ ਤੋ ਵੋ ਯੂਰਪ ਸੇ ਆਈ ਹੋਗੀ ਹਾਂ ਤੋ ਵਹੀ ਕਹਿ ਰਹਾ ਹੂੰ ਨਾ ਦੇਵੇ ਇਸ ਸ਼ਿਪ ਤੇ ਜ਼ਿਆਦਾਤਰ ਅਮੈਰੀਕਾ ਕਹਿ ਰਹੇ ਤਾਂ ਮਤਲਬ ਉਦਾਂ ਹੀ ਮਜ਼ਾਕ ਕਰ ਰਿਹਾ ਮਤਲਬ ਪਤਾ ਨਹੀਂ ਕਿਉਂ ਯਾਰ ਖੁੱਲੀਆਂ ਖੁੱਲੀਆਂ ਹੀ ਬਣਾਈਆਂ ਇਹਨਾਂ ਨੇ ਜ਼ਿਆਦਾ ਸ਼ੋਲਡਰ ਵੀ ਥੱਲੇ ਨੂੰ ਲਮਕਦੇ ਆ ਬਈ ਇਹਨਾਂ ਦੇ ਪਰ ਸਮਾਲ ਸਾਈਜ਼ ਤੋਂ ਛੋਟਾ ਕੋਈ ਸਾਈਜ਼ ਨਹੀਂ ਮੈਨੂੰ ਪਤਾ ਸੀਗਾ ਕਿ ਇੱਦਾਂ ਦੀਆਂ ਹੋਣਗੀਆਂ ਤਾਂ ਮੈਂ ਸਮਾਲ ਹੀ ਆਰਡਰ ਕੀਤਾ ਸੀ ਪਹਿਲਾਂ ਮੈਂ ਵੀ ਮੀਡੀਅਮ ਕਰਨ ਲੱਗਿਆ ਸੀ ਮੈਨੂੰ ਪਤਾ ਸੀ ਮੀਡੀਅਮ ਮਤਲਬ ਐਕਸਟਰਾ ਐਕਸਟਰਾ ਲਾਰਜ ਆ ਸਮਾਲ ਐਕਸਟਰਾ ਲਾਰਜ ਸਾਈਜ਼ ਜੱਡਾ ਹੈ ਇਹਨਾਂ ਦਾ ਮਤਲਬ ਇੰਨਾ ਖੁੱਲ੍ਹਾ ਡੁੱਲਾ ਜਿਹਾ ਉੱਥੇ ਦੂਰ ਸਾਰੀ ਨਾ ਇੱਕ ਆਈਸਬਰਗ ਦੇਖ ਰਿਹਾ ਮੈਂ ਤੁਹਾਨੂੰ ਦਿਖਾਊਂਗਾ ਜ਼ੂਮ ਕਰਕੇ ਅੱਗੇ ਜਾ ਕੇ ਇੱਥੇ ਕੀ ਆ ਅੱਛਾ ਉੱਤੇ ਆ ਮੈਂ ਕਿਹਾ ਯਾਰ ਇੱਥੇ ਆਵਾਜ਼ ਕਿਉਂ ਗੂੰਜ ਗਈ ਬਾਹਰ ਤਾਂ ਨਹੀਂ ਜਾ ਸਕਦਾ ਬਹੁਤ ਜ਼ਿਆਦਾ ਠੰਡ ਆ ਬਈ ਖੜੇ ਤਾਂ ਹੋਏ ਉਹ ਪਰ ਉਹਨਾਂ ਨੇ ਜੈਕਟ ਬਹੁਤ ਜ਼ਿਆਦਾ ਮੋਟੀ ਪਾਈ ਹੋਈ ਆ ਉਹ ਦੇਖੋ ਸਾਹਮਣੇ ਦੇਖ ਰਿਹਾ ਬਹੁਤ ਵੱਡਾ ਬਈ ਆਈਸਬਰਗ ਹੁਣ ਇਹਨੇ ਸ਼ਿਪ ਮੋੜੀ ਹੈ ਮੈਨੂੰ ਇੱਦਾਂ ਲੱਗ ਰਿਹਾ ਥੋੜ੍ਹੀ ਜੀ ਬਹੁਤ ਸਾਰੇ ਆਈਸਬਰਗ ਇੱਥੇ ਮਤਲਬ ਬਹੁਤ ਨੇੜੇ ਆ ਗਏ ਹੁਣ ਆਪਣਾ ਇਹਦੇ ਨੇੜੇ ਤੇੜੇ ਜਿਹੜੇ ਅੰਟਾਰਟਿਕ ਓਸ਼ਨ ਦੇ ਵਿੱਚ ਬਈ ਅੰਟਾਰਟਿਕ ਵਾਲੇ ਆਈਲੈਂਡਸ ਨੇ ਉਹ ਵੀ ਬਹੁਤ ਨੇੜੇ ਦਿਖ ਰਹੇ ਨੇ ਇੱਥੋਂ ਮਤਲਬ ਸਾਨੂੰ ਨਹੀਂ ਦਿਖ ਰਹੇ ਨਜ਼ਰ ਨਹੀਂ ਆ ਰਹੇ ਮੈਪ ਦੇ ਉੱਤੇ ਜਿਹੜਾ ਉਹ ਟੀ ਵੀ 'ਤੇ ਚਲਾਇਆ ਹੋਇਆ ਇਹਨਾਂ ਨੇ ਉਹਦੇ 'ਤੇ ਨਜ਼ਰ ਆ ਰਹੇ ਨੇ ਚਲੋ ਬੈਠਦੇ ਹਾਂ ਚੱਲ ਕੇ ਇੱਥੇ ਆਵਾਜ਼ ਗੂੰਜਦੀ ਹੈ ਮੈਂ ਪਤਾ ਨਹੀਂ ਕਿਉਂ ਗੂੰਜ ਰਹੀ ਹੈ ਆਪਨੇ ਦੇਖਿਆ ਤਾਂ ਪਹਿਲੇ ਉਸ 'ਤੇ ਬੜਾ ਥਾ ਐਸਾ ਹੀ ਥਾ ਬੜਾ ਹੈ ਉਹ ਬਹੁਤ ਜ਼ਿਆਦਾ ਨਾ ਲਓ ਵੀ ਇੱਧਰੋਂ ਹੁਣ ਮੈਂ ਬਾਹਰ ਜਾ ਕੇ ਦਿਖਾਉਂਦਾ ਆਈਸਬਰਗ ਕਿੱਧਰੋਂ ਖੁੱਲੂਗਾ ਇਹ ਖੁੱਲ ਗਿਆ ਹੋ ਰਿਹਾ ਬਈ ਆਈਸਬਰਗ ਇਹ ਆਈਸਬਰਗ ਖਾਸ ਇਸ ਲਈ ਹੈ ਕਿਉਂਕਿ ਬਈ ਇਹ ਸਮੁੰਦਰ ਦੇ ਵਿੱਚ ਨਹੀਂ ਤਾਂ ਅਲਕਲਾਫਾ ਦੇ ਵਿੱਚ ਆਪਾਂ ਇੱਕ ਉਹ ਰਿਵਰ ਦੇ ਵਿੱਚ ਦੇਖਿਆ ਸੀਗਾ ਉਹ ਨਹੀਂ ਪਰ ਇਹ ਸਮੁੰਦਰ ਦੇ ਵਿੱਚ ਇੱਦਾਂ ਆਈਸਬਰਗ ਜਿਵੇਂ ਜਿਵੇਂ ਆਪਾਂ ਨੇੜੇ ਜਾਵਾਂਗੇ ਕਹਿੰਦੇ ਜ਼ਿਆਦਾ ਦਿਖਣੇ ਸ਼ੁਰੂ ਹੋ ਜਾਣਗੇ ਥੋੜ੍ਹਾ ਦੂਰ ਹੈ ਇੱਥੋਂ ਇੰਨਾ ਨੇੜੇ ਨਹੀਂ ਆ ਪਰ ਵੱਡਾ ਬਹੁਤ ਜ਼ਿਆਦਾ ਨੇੜੇ ਲੱਗ ਰਿਹਾ ਬਈ ਦੇਖਣ ਨੂੰ ਇੱਥੇ ਥੋੜ੍ਹੀ ਠੀਕ ਆ ਬਈ ਇੱਧਰਲੇ ਪਾਸੇ ਹਵਾ ਇੰਨੀ ਨਹੀਂ ਚੱਲ ਰਹੀ ਮਤਲਬ ਚੱਲ ਤਾਂ ਉੱਨੀ ਰਹੀ ਹੈ ਪਰ ਇੱਥੇ ਲੱਗ ਘੱਟ ਰਹੀ ਹੈ ਹਵਾ ਬਈ ਬੜਾ ਹੀ ਜ਼ਿਆਦਾ ਮੈਂ ਡਰ ਡਰ ਕੇ ਫੋਨ ਫੜਿਆ ਹੋਇਆ ਫੋਨ ਗਿਆ ਤਾਂ ਸਭ ਗਿਆ ਸਮਝ ਲਓ ਉਮੀਦ ਹੈ ਕਿ ਇਸੇ ਵੀਡੀਓ ਦੇ ਐਂਡ ਤੱਕ ਤੁਹਾਨੂੰ ਜਿਹੜਾ ਅੰਟਾਰਟਿਕਾ ਦੇਖਣ ਨੂੰ ਮਿਲ ਹੀ ਜਾਊਗਾ ਅੰਟਾਰਟਿਕਾ ਦੇ ਵਿੱਚ ਲੈਂਡ ਕਰ ਹੀ ਜਾਵਾਂਗੇ ਇਹ ਸ਼ਾਇਦ ਮਤਲਬ ਮੇਰੇ ਇਹ ਮੇਰੇ ਇੱਕ ਸਾਈਨ ਵੀ ਪੈਂਡਿੰਗ ਆ ਬਈ ਜਿਹੜੇ ਮੈਂ ਕਰਨੇ ਸੀਗੇ ਸੀ ਸਿਕਨੈਸ ਕਰਕੇ ਮੈਂ ਇਹਨਾਂ ਦੀ ਬਰੀਫਿੰਗ 'ਚ ਆ ਨਹੀਂ ਪਾਇਆ ਸੀਗਾ ਉਹਨਾਂ ਨੇ ਕਿਹਾ ਸੀ ਕਿ ਇੰਡੀਵਿਜੁਅਲੀ ਜਿਹੜੇ ਲੋਕ ਨਹੀਂ ਆਏ ਇੱਕ ਦੋ ਜਣੇ ਉਹਨਾਂ ਨੂੰ ਅਸੀਂ ਇੰਡੀਵਿਜੁਅਲੀ ਦੱਸ ਦਾਂਗੇ ਸਾਰਾ ਕੁਝ ਵੈਸੇ ਤਾਂ ਮੈਂ ਨਵਨਕੁਰ ਬਾਈ ਤੋਂ ਪੁੱਛ ਲਿਆ ਕਿ ਕੀ ਦੱਸਿਆ ਸੀ ਉਹੀ ਕਿ ਅੰਟਾਰਟਿਕਾ 'ਚ ਤੁਸੀਂ ਬੈਠਣਾ ਨਹੀਂ ਆਪਦੇ ਗੋਡੇ ਨਹੀਂ ਰੱਖਣੇ ਆਪਦਾ ਕੋਈ ਵੀ ਮਤਲਬ ਟੱਚ ਨਹੀਂ ਕਰਨਾ ਬੂਟ ਇਹੀ ਦੇਣਗੇ ਜੈਕਟ ਇਹੀ ਦੇਣਗੇ ਔਰ ਜੇਕਰ ਤੁਹਾਨੂੰ ਵਾਸ਼ਰੂਮ ਆਇਆ ਨਾ ਬਈ ਅੰਟਾਰਟਿਕਾ ਦੇ ਵਿੱਚ ਤਾਂ ਵੀ ਬਈ ਇਹਨਾਂ ਨੂੰ ਦੱਸਣਾ ਹੈ ਅਤੇ ਸ਼ਿਪ 'ਚ ਬਿਠਾ ਕੇ ਛੋਟੀ 'ਚ ਲੈ ਕੇ ਆਉਣਗੇ ਇਸ ਸ਼ਿਪ ਦੇ ਵਿੱਚ ਅਤੇ ਇੱਥੇ ਬਈ ਤੁਹਾਨੂੰ ਵਾਸ਼ਰੂਮ ਕਰਾ ਕੇ ਬਾਥਰੂਮ ਕਰਾ ਕੇ ਵਾਪਸ ਲੈ ਕੇ ਜਾਣਗੇ ਮਤਲਬ ਅੰਟਾਰਟਿਕਾ ਦੇ ਵਿੱਚ ਤੁਸੀਂ ਕੁਛ ਨਹੀਂ ਕਰਨਾ ਤਾਂ ਹੀ ਤਾਂ ਇਹਨਾਂ ਨੇ ਕੱਲ੍ਹ ਵੈਕਿਊਮ ਕੀਤੇ ਸੀ ਕੱਪੜੇ ਕੋਈ 'ਚ ਮਿੱਟੀ ਨਾ ਹੋਵੇ ਕੁਛ ਨਾ ਹੋਵੇ ਮਤਲਬ ਅੰਦਰ ਹੀ ਬੈਠਦੇ ਹਾਂ ਬਈ ਬਾਹਰ ਖੜ੍ਹਨਾ ਤਾਂ ਮੁਸ਼ਕਿਲ ਆ ਇੱਥੇ ਮੁਸ਼ਕਿਲ ਆ ਅੰਟਾਰਟਿਕਾ 'ਚ ਦੇਖਦੇ ਕੀ ਹਾਲ ਹੋਊਗਾ ਕਿਉਂਕਿ ਇੰਨੀ ਤਿਆਰੀ ਨਾਲ ਨਹੀਂ ਆਏ ਪਰ ਖੈਰ ਇਹਨਾਂ ਨੇ ਜੈਕਟ ਵਗੈਰਾ ਗਲਵਸ ਵਗੈਰਾ ਸਾਰੇ ਦਿੱਤੇ ਆ ਉਹ ਪੂਰੀ ਤਿਆਰੀ ਹੀ ਸਮਝੋ ਤੁਸੀਂ ਇਹਨਾਂ ਨੇ ਤਿਆਰੀ ਕੀਤੀ ਹੈ ਸਾਡੇ ਲਈ ਬਈ ਉਹ ਸਾਹਮਣੇ ਇੱਕ ਆਈਲੈਂਡ ਦੇਖ ਰਿਹਾ ਮੈਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਪਰ ਬਹੁਤ ਤੇਜ਼ ਹਵਾ ਆਊਗੀ ਖਿੱਚਦੀ ਹੈ ਬਈ ਇਹ ਇੱਧਰ ਨੂੰ ਉਹ ਸਾਹਮਣੇ ਨਾ ਆਈਲੈਂਡ ਦਿਖਿਆ ਬਈ ਉਹ ਛੋਟਾ ਜਿਹਾ ਮਾਊਂਟਨ ਦਿਖ ਰਿਹਾ ਔਰ ਉਹ ਆਈਸਬਰਗ ਦਿਖ ਰਿਹਾ ਮੈਂ ਜ਼ੂਮ ਕਰੂੰਗਾ ਦੇਖਿਓ ਉਹ ਆਈਲੈਂਡ ਦਿਖ ਰਿਹਾ ਬਈ ਅੰਟਾਰਟਿਕਾ ਦਾ ਔਰ ਪੂਰੇ ਅੰਟਾਰਟਿਕਾ ਦੇ ਵਿੱਚ ਬਈ ਦੂਰਬੀਨ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਇਟਸ ਮਾਊਂਟਨ ਯਾ ਬਿਗ ਮਾਊਂਟਨ ਯਾ ਯੈਸ ਇਟਸ ਆਈਸਬਰਗ ਨੋਟ ਆਈਸ ਆਈ ਥਿੰਕ ਯਾ ਦੈਟ ਇਜ਼ ਆਈਸਬਰਗ ਦੈਟ ਇਜ਼ ਆਈ ਥਿੰਕ ਇਟਸ ਆਈਲੈਂਡ ਯਾ ਸੋ ਬਈ
ਦੂਰਬੀਨ ਨਾਲ ਦਿਖਾਇਆ ਹੁਣ ਇਹਨਾਂ ਨੇ ਮੈਨੂੰ, ਸੋ ਦੇਖ ਰਿਹਾ ਬਈ ਅੰਕੁਰ ਬਾਈ ਨੂੰ ਵੀ ਦਿਖਾ ਰਹੇ ਆ। ਆਈਲੈਂਡ ਹੈ ਨਾ, ਹਾਂ ਬਾਈ ਪਹਾੜ ਹੈ ਬਾਈ। ਪਹੁੰਚ ਗਿਆ ਆਪਾਂ ਆਈਲੈਂਡ 'ਤੇ, ਅੰਦਰ ਚੱਲੀਏ, ਠੰਡ ਬਹੁਤ ਲੱਗ ਰਹੀ ਹੈ। ਪਕੜਨਾ ਇਸਕੋ, ਹੋ ਵੀ ਇੱਥੇ ਅਸੀਂ ਬੈਠੇ ਰਹੇ ਥੋੜ੍ਹੀ ਦੇਰ ਅਤੇ ਗੱਲਾਂ ਬਾਤਾਂ ਕਰੀਆਂ। ਹੁਣ ਇੱਥੇ ਨਾ ਕੁਇਜ਼ ਸ਼ੁਰੂ ਹੋਣ ਲੱਗਿਆ, ਆ ਇੱਥੇ ਦਿਖਾ ਕੈਮਰੇ 'ਤੇ ਦਿਖਾਈ ਸਕਦੇ ਹਾਂ। ਆਹ ਕੁਇਜ਼ ਆ ਬਾਈ, ਇਹ ਸ਼ਾਇਦ ਇਹਨਾਂ ਦੇ ਨਾਂ ਹੋਣਗੇ ਐਨੀਮਲਸ ਦੇ, ਅਤੇ ਉਹ ਤੁਸੀਂ ਇੱਥੇ ਟਿੱਕ ਕਰਨੇ ਆ ਸ਼ਾਇਦ ਇਹਦੇ 'ਤੇ, ਅਤੇ ਇੱਥੇ ਤੁਹਾਨੂੰ ਟੋਟਲ ਸਕੋਰ ਮਿਲੂਗਾ ਜਿਹੜਾ ਜਿੱਤੂਗਾ। ਹਾਲੇ ਤਾਂ ਉਹੀ ਹੈ ਸੋ ਬਈ, ਜਿਹੜਾ ਮਤਲਬ ਜਿੱਤੂਗਾ ਉਹਨੂੰ ਕੁਛ ਨਾ ਕੁਛ ਇੱਥੇ ਜਿਹੜੇ ਆ ਗਿਫਟਸ ਵੀ ਦਿੱਤੇ ਜਾਣਗੇ। ਆ ਪੈੱਨ ਮੈਨੂੰ ਇਹਨਾਂ ਦਾ ਬਹੁਤ ਵਧੀਆ ਲੱਗਿਆ ਵੈਸੇ, ਇਹ ਸਾਡੇ ਰੂਮ 'ਚ ਵੀ ਰੱਖਿਆ ਇਹਨਾਂ ਨੇ। ਚਲੋ ਦੇਖਦੇ ਹਾਂ, ਬਹੁਤ ਸਾਰੇ ਲੋਕ ਪਾਰਟੀਸਪੇਟ ਕਰਨਗੇ ਬਈ। ਸ਼ੁਰੂ ਹੋ ਚੁੱਕਿਆ, ਸਾਰੇ ਲੱਗ ਪਏ ਆ। ਉੱਧਰ ਉਹਨਾਂ ਨੇ ਸਾਡੇ ਗਿਫਟ ਰੱਖਿਆ, ਗਿਫਟ ਤਾਂ ਕੁਛ ਨਹੀਂ, ਸਟਿੱਕਰ ਹੈ ਅਤੇ ਇੱਕ ਛੋਟਾ ਜਿਹਾ ਪੈਂਗੁਇੰਗ ਹੈ, ਉਹ ਮਿਲੂਗਾ। ਦੇਖੋ ਸਾਰੇ ਲੱਗ ਗਏ ਬਈ। ਇੱਧਰ ਮੈਂ ਤੈਨੂੰ ਅਨਕੁਰ ਬਾਈ ਵੀ ਮਾਰਾਂਗੇ ਮੱਥਾ। ਨਹੀਂ ਬਈ ਚੀਟਿੰਗ ਨਹੀਂ ਕਰਨੀ, ਆਪੇ ਦੇਖ ਕੇ ਦੱਸਣੇ ਆ ਕੀ ਹੈ ਇਹ। ਪਹਿਲੀ ਤਾਂ ਵੇਲ ਲੱਗ ਰਹੀ ਹੈ, ਹਾਂ ਵੇਲ ਹੈ, ਜੋ ਵੀ ਹੈ ਲਿਖ ਦਿਓ। ਮੈਂ ਜਾ ਰਿਹਾ ਹੁਣ ਰੂਮ ਦੇ ਵਿੱਚ, ਥੋੜ੍ਹਾ ਫੀਲ ਹੋ ਰਿਹਾ ਸਿਕਨੈਸ ਜੀ। ਉਹਦਾ ਮਤਲਬ ਉੱਦਾਂ ਹੀ ਹੈ, ਇੱਕ ਮਜ਼ਾਕ ਦੀ ਗੇਮ ਹੈ। ਚਲੋ ਮੈਂ ਉੱਥੇ ਜੋ ਦੱਸ ਦੇਖ ਰਹੇ ਸੀ ਮੈਨੂੰ, ਮੈਂ ਭਰਿਆ ਆ, ਹਾਰਡ ਡੈਕ 5 ਆ ਗਿਆ। ਕੁਛ ਨੂੰ ਅਨਕੁਰ ਬਾਈ ਭਰ ਕੇ ਆਉਣਗੇ ਬਈ, ਕੌਣ ਜਿੱਤੂਗਾ ਕੌਣ ਨਹੀਂ ਪਤਾ ਨਹੀਂ, ਕਿਸ ਬਿਹਾਵ ਮਤਲਬ ਉਹ ਸ਼ਾਇਦ ਜਿਹੜਾ ਤੇਜ਼ੀ ਨਾਲ ਭਰੂਗਾ ਉਹਨੂੰ ਵਿਨਰ ਜਿਹੜਾ ਬਣਾਉਣਗੇ ਬਈ। ਅਤੇ ਮੈਂ ਰੂਮ 'ਚ ਆ ਗਿਆ ਸੀਗਾ ਅਤੇ ਥੋੜ੍ਹੀ ਦੇਰ ਰੈਸਟ ਕੀਤੀ, ਸਿਕਨੈਸ ਜੀ ਹੋ ਰਹੀ ਸੀ। ਕੱਲ੍ਹ ਮੈਂ ਗਿਆ ਨਹੀਂ ਸੀ ਨਾ ਜਿਹੜੀ ਬਰੀਫਿੰਗ ਲਈ, ਉਹ ਅੱਜ ਮੇਰੀ ਇੰਡੀਵਿਜੁਅਲੀ ਕਰਾਉਣਗੇ, ਇੱਕ ਦੋ ਜਣੇ ਜਿਹੜੇ ਨਹੀਂ ਆਏ ਸੀ। ਹੁਣ ਜਾ ਰਹੇ ਹਾਂ ਥੱਲੇ ਉਹ, ਕਿਉਂਕਿ ਵੀ ਅੱਜ ਆਪਾਂ ਅੰਟਾਰਟਿਕਾ ਲਈ ਬਾਹਰ ਨਿਕਲਾਂਗੇ ਅਤੇ ਉਹ ਸਾਰਾ ਕੁਛ ਸਮਝਾਉਣਗੇ। ਵੈਸੇ ਮੈਨੂੰ ਪਹਿਲਾਂ ਹੀ ਪਤਾ, ਨਵਨਕੁਰ ਬਾਈ ਤੋਂ ਪੁੱਛ ਲਿਆ ਸੀਗਾ, ਪਰ ਫਿਰ ਵੀ ਇਹ ਸਮਝਾਉਣਗੇ, ਨਾਲੇ ਆਪਾਂ ਮਿਲ ਕੇ ਆਵਾਂਗੇ ਡਾਕਟਰ ਨੂੰ। ਬਰੀਫਿੰਗ ਲੈ ਕੇ ਆ ਗਿਆ ਅਤੇ ਬਾਈ ਨੇ ਥੋੜ੍ਹਾ ਸਮਝਾ ਤਾ ਕਿ ਕਿੱਦਾਂ ਕਿੱਦਾਂ ਅੰਟਾਰਟਿਕਾ ਜਾਣਾ ਕਰਨਾ, ਸਾਰਾ ਸਮਝਾਓ, ਮੈਂ ਤੁਹਾਨੂੰ ਉੱਤਰ ਕੇ ਸਮਝਾਊਂਗਾ। ਅਤੇ ਫਿਰ ਬਈ ਲੰਚ ਬੰਦ ਹੋ ਰਿਹਾ, ਆਪਣੇ ਬਈਆ ਮੁੰਬਈ ਵਾਲੇ ਹੈਗੇ ਆ, ਉਹਨਾਂ ਨੂੰ ਪੁੱਛ ਕੇ ਮੈਂ ਛੇਤੀ ਛੇਤੀ, ਉਹਨਾਂ ਨੇ ਮੈਨੂੰ ਆਹ ਕੁਛ ਫਰੂਟਸ ਵਗੈਰਾ ਦੇ ਤੇ। ਉਹ ਕਹਿੰਦੇ ਬਾਕੀ ਰੂਮ ਸਰਵਿਸ ਵੀ ਹੈਗੀ ਆ, ਚਾਹੋ ਤਾਂ ਮੰਗਾ ਸਕਦੇ। ਮੈਂ ਨਹੀਂ ਯਾਰ, ਮੈਂ ਇੱਥੇ ਹੀ ਲੈ ਲੈਣਾ ਅਤੇ ਖਾ ਕੇ ਫਿਰ ਆਪਾਂ ਚੱਲਦੇ ਹਾਂ। ਬਈ ਮੈਂ ਲੰਚ ਕਰਕੇ ਆ ਗਿਆ ਸੀਗਾ ਅਤੇ ਇੱਥੇ ਆ ਕੇ ਮੈਨੂੰ ਇੱਕ ਸੈਂਡਵਿਚ ਮਿਲ ਗਿਆ, ਬਈ ਬੜਾ ਸਹੀ ਲੱਗਿਆ ਮੈਨੂੰ ਤਾਂ ਸੈਂਡਵਿਚ। 3 ਵਜੇ ਆ ਹੁਣ, ਵੈਜੀਟੇਰੀਅਨ ਵੈਸੇ ਕੋਈ ਵੀ ਨਹੀਂ ਖਾਂਦਾ ਅਤੇ ਮੈਂ ਸੋਚਿਆ ਇੱਕ ਹੋਰ ਲੈ ਕੇ ਆਉਣਾ। ਹੁਣ ਨਵਨਕੁਰ ਬਾਈ ਕਹਿੰਦੇ ਮੇਰੇ ਲਈ ਵੀ ਲਿਆਈ। ਔਰ ਕੈਂਪਿੰਗ ਦਾ ਕਿਆ ਹੋਇਆ ਆਪ ਬਤਾ ਦਿਓ, ਕੈਂਸਲ ਹੋ ਗਈ? ਨਹੀਂ ਹੋਏਗੀ, ਮੌਸਮ ਖਰਾਬ ਹੈਗਾ ਅੰਟਾਰਟਿਕਾ 'ਤੇ, ਅਤੇ ਅਸੀਂ ਜਾਵਾਂਗੇ ਅੰਟਾਰਟਿਕਾ, ਪਰ ਰਾਤ ਨੂੰ ਸ਼ਾਇਦ ਸੌ ਨਹੀਂ ਸਕਦੇ, ਮਤਲਬ ਕੈਂਪਿੰਗ ਨਹੀਂ ਕਰ ਸਕਦੇ। ਬਾਕੀ ਦੇਖਦੇ ਹਾਂ ਕੀ ਪਤਾ ਬਈ ਹੋ ਜਾਵੇ, ਜੇ ਲੱਕ ਵਧੀਆ ਰਿਹਾ ਤਾਂ, ਪਰ ਮੁਸ਼ਕਿਲ ਹੀ ਜਾਪਦਾ ਹੁਣ ਤਾਂ। ਚਲੋ ਮੈਂ ਸੈਂਡਵਿਚ ਲੈ ਕੇ ਆਉਂਦਾ। ਮੈਂ ਤਾਂ 2 ਸੈਂਡਵਿਚ ਹੋਰ ਲਿਆ, ਇੱਕ ਨਵਨਕੁਰ ਬਾਈ ਵਾਸਤੇ ਲਿਆਇਆ, ਇੱਕ ਮੇਰੇ ਵਾਸਤੇ। ਬਈ ਬੜਾ ਹੀ ਸਹੀ ਆ, ਜਿਹੜਾ ਆਪਣੇ ਇੰਡੀਆ 'ਚ 20 ਰੁਪਏ ਦਾ ਸੈਂਡਵਿਚ ਨਹੀਂ ਆਉਂਦਾ, ਹੁਣ ਤੁਸੀਂ ਕਹੋਗੇ ਬਈ 20 ਦਾ ਕਿੱਧਰ ਮਿਲਾ ਤਾ, ਮਤਲਬ ਜਿਹੜਾ ਸਵਾਦ ਜਿਹਾ ਹੁੰਦਾ ਉੱਦਾਂ ਦਾ ਟੇਸਟ ਆ ਰਿਹਾ, ਵਧੀਆ ਲੱਗ ਰਿਹਾ। ਮੈਂ ਤਾਂ ਹੁਣ ਇਹੀ ਖਾਇਆ ਕਰੂੰਗਾ, ਇਹਨੂੰ ਕਹੂੰਗਾ ਮੇਰੇ ਲਈ ਸਪੈਸ਼ਲ ਇਹੀ ਬਣਾਇਆ ਕਰੋ ਬਈ। ਯਕੀਨ ਮੰਨਿਓ, ਮੈਂ 2 ਖਾ ਲਏ ਸੈਂਡਵਿਚ, ਮੇਰਾ ਹਲੇ ਵੀ ਮਨ ਕਰ ਰਿਹਾ ਮੈਂ ਲਿਆਵਾਂ। ਉੱਥੇ 2 ਪਏ ਆ, ਲਿਆ ਸਕਦੇ ਹਾਂ ਵੈਸੇ, ਇੱਦਾਂ ਦਾ ਕੋਈ ਚੱਕਰ ਨਹੀਂ ਆ, ਪਰ ਮੈਨੂੰ ਪਤਾ ਨਹੀਂ ਕੋਈ ਸ਼ਰਮ ਜੀ ਆ ਰਹੀ ਹੈ ਕਿ ਯਾਰ ਕੋਈ ਮਨਾ ਨਹੀਂ ਕਰਨਾ ਉਹਨੇ, ਪਰ ਉਹਨੇ ਸ਼ਰਮ ਆ ਰਹੀ। ਚਲੋ ਇੱਦਾਂ ਕਰਦਾ, ਜਾ ਕੇ ਤਾਂ ਹੱਸ ਕੇ ਮੰਗ ਲੈਂਦਾ, ਹੈ ਵਨ ਮੋਰ, ਹੈ ਨਾ, ਐਸੇ ਕਰ ਪਾਉਂਗਾ ਨਾ ਭਾਅ ਜੀ। ਇਹ ਤਰੀਕਾ ਸਹੀ ਹੈ ਨਾ, ਕੌਣ ਦੇ? ਅੱਛਾ ਦੇਣੇ ਉੱਤੇ ਪੱਕਾ, ਨਹੀਂ ਤਾਂ ਕੈਬ ਦਾ ਡਸਟਬਿਨ ਇੱਧਰ ਕਿੱਧਰ ਹੋ। ਲਓ ਵੀ ਹੁਣ ਅਸੀਂ ਲਾਊਂਜ 'ਚ ਆ ਕੇ ਬੈਠ ਗਏ ਹਾਂ ਅਤੇ ਇੱਥੇ ਲਾਉਣ ਲੱਗੇ ਹਾਂ ਗੇਮ ਡੋਮੀਨੋ ਦੀ। ਪਤਾ ਨਹੀਂ ਇਹ ਕਰਨਾ ਕੀ ਹੁੰਦਾ, ਮੱਥਾ ਮਾਰਾਂਗੇ, ਇੱਦਾਂ ਹੀ ਕੁਛ ਬਣਾਉਂਦੇ ਹੁੰਦੇ ਹੋਣਗੇ। ਹੁਣ ਕਾਫੀ ਨੇੜੇ ਪਹੁੰਚ ਗਿਆ ਤਾਂ ਬਈ, ਸ਼ਿਪ ਨਾ ਹਿੱਲਣੋਂ ਹਟ ਗਈ ਆ, ਥੋੜ੍ਹੀ ਸੀ ਸਿਕਨੈਸ ਵੀ ਘੱਟ ਫੀਲ ਹੋ ਰਹੀ ਆ ਅਤੇ ਹੁਣ ਮਜ਼ਾ ਆਊਗਾ।
ਚਲੋ ਖੇਡਦੇ ਹਾਂ ਅਤੇ ਫਿਰ ਅੰਟਾਰਟਿਕਾ 'ਚ ਉਤਰਾਂਗੇ ਬਈ। ਪੜ੍ਹ ਰਹੇ ਹੋ? ਕੁਛ ਪਤਾ ਨਹੀਂ ਆਪਕੋ। ਕਿਆ ਪਤਾ? ਬਤਾਓ ਕਿਆ ਪਤਾ? ਪਹਿਲੀ ਗੇਮ ਮੈਂ ਜਿੱਤ ਚੁੱਕਿਆ, ਹੁਣ ਦੂਜੀ ਗੇਮ ਸਟਾਰਟ ਹੋਣ ਲੱਗੀ ਹੈ। ਚਲੋ ਬਈ ਹੁਣ ਸੱਤ ਮੈਂ ਦੁਬਾਰਾ ਫੇਰ ਲਊਂਗਾ। ਵੇਲ ਦਿਖਣ ਲੱਗ ਗਈ ਹੈ। ਓਕੇ, ਸੋ ਬਈ ਉੱਥੇ ਕਿਤੇ ਦਿਖ ਰਹੀ ਹੈ, ਮੈਨੂੰ ਤਾਂ ਹਲੇ ਦਿਖੀ ਨਹੀਂ, ਜੇ ਤੁਹਾਨੂੰ ਦਿਖੀ ਜੀ ਤਾਂ ਦੱਸ ਦਿਓ। ਓਰੀ ਓਰੀ, ਹਾਂ ਬਈ ਦਿਖ ਗਈ, ਬਹੁਤ ਦੂਰ ਹੈ, ਬਹੁਤ ਦੂਰ ਦਿਖੀ ਆ ਬਈ, ਵੇਲ ਦਿਖ ਗਈ ਪਰ ਕੈਮਰੇ 'ਚ ਨਹੀਂ ਦਿਖੀ। ਚਲੋ ਕੋਈ ਨਹੀਂ, ਤੁਹਾਨੂੰ ਉੱਥੇ ਚੱਲ ਕੇ ਦਿਖਾ ਦਾਂਗੇ, ਪਰ ਇਹ ਪਹਿਲੀ ਦਿਖੀ ਆ, ਪੂਛ ਕੱਢੀ ਸੀ ਉਹਨੇ ਉੱਥੇ। ਓਰੀ 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 ਓਰੀ, ਦਿਖ ਰਹੀ ਹੈ ਮੁਝੇ ਵਹਾਂ ਪੇ ਕਰਤੀ ਹੋਈ ਕੁਛ ਹਰਕਤ, 5x ਮੈਂ ਦਿਖ ਰਹੀ ਹੈ, ਅੰਖੋਂ ਮੈਂ ਨਹੀਂ ਦਿਖ ਰਹੀ। ਥੋੜ੍ਹੀ ਜਿਹੀ ਦਿਖੀ ਹੋਣੀ ਆ ਤੁਹਾਨੂੰ, ਮੈਨੂੰ ਵੀ ਥੋੜ੍ਹੀ ਜਿਹੀ ਦਿਖੀ ਇੱਕ ਵਾਰ, ਪਰ ਜਦੋਂ ਮੈਂ ਕੈਮਰਾ ਜ਼ੂਮ ਵਗੈਰਾ ਸੈੱਟ ਕੀਤਾ ਤਾਂ ਉਹ ਥੱਲੇ ਚਲੀ ਗਈ, ਫਿਰ ਦੁਬਾਰਾ ਆਈ ਨਹੀਂ। ਜੇ ਦੁਬਾਰਾ ਆਊਗੀ ਤਾਂ ਮੈਂ ਦਿਖਾਊਂਗਾ। ਅੱਖਾਂ ਨਾਲ ਤਾਂ ਬਹੁਤ ਦੂਰ ਦਿਖ ਰਹੀ ਸੀ, ਕੈਮਰੇ ਨਾਲ ਬਹੁਤ ਕਲੋਜ਼ ਦਿਖਣੀ ਸੀ, ਬਹੁਤ ਜ਼ਿਆਦਾ ਜ਼ੂਮ ਹੋ ਗਿਆ ਸੀ ਵਧੀਆ। ਚਲੋ ਕੋਈ ਨਹੀਂ, ਬਹੁਤ ਸਾਰੀਆਂ ਦਿਖਣਗੀਆਂ ਹਾਲੇ ਤਾਂ। ਚਾਈਨਾ ਦੀ ਹੀ ਦੂਜੀ ਕਰੂਜ਼ ਹੈ ਇਸੇ ਕੰਪਨੀ ਦੀ, ਅਤੇ ਇੱਥੋਂ ਲੰਘ ਰਹੀ ਹੈ ਬਈ, ਕਿਉਂਕਿ ਅਸੀਂ ਆਲਮੋਸਟ ਅੰਟਾਰਟਿਕਾ ਪਹੁੰਚ ਚੁੱਕੇ ਹਾਂ, ਅਤੇ ਇਹ ਇੱਥੋਂ ਹੁਣ ਰਵਾਨਾ ਹੋ ਰਹੀ ਹੈ, 2 ਦਿਨਾਂ 'ਚ ਇਹ ਉਸ਼ਵਾਇਆ ਪਹੁੰਚ ਜੂਗੀ, ਅਤੇ ਅਸੀਂ ਹੁਣ 4 ਦਿਨ ਇੱਥੇ ਰੁਕਣ ਵਾਲੇ ਹਾਂ, 4-4.5 ਦਿਨ ਕਹਿ ਲਓ, ਫਿਰ ਅਸੀਂ ਉਸ ਤੋਂ ਬਾਅਦ ਇੱਥੋਂ ਜਾਵਾਂਗੇ। ਉਹ ਜਾ ਰਹੀ ਹੈ ਬਈ, ਬਿਲਕੁਲ ਇੰਨੀ ਹੀ ਵੱਡੀ ਹੈ ਸਾਡੀ ਕਰੂਜ਼ ਵੀ, ਉਹ ਬਿਲਕੁਲ ਸਾਹਮਣੇ ਪੂਰਾ ਦਾ ਪੂਰਾ ਉਹ ਆਈਲੈਂਡ ਦਿਖ ਰਿਹਾ ਅੰਟਾਰਟਿਕਾ ਦਾ। ਬਸ ਹੁਣ ਅਸੀਂ ਥੋੜ੍ਹੀ ਦੇਰ ਤੱਕ ਹੀ ਜਿਹੜਾ ਮੇਨਲੈਂਡ 'ਤੇ ਪਹੁੰਚ ਜਾਵਾਂਗੇ, ਮਤਲਬ ਇਹਨੂੰ ਮੇਨਲੈਂਡ ਹੀ ਮੰਨੋ ਤੁਸੀਂ, ਬਹੁਤ ਨੇੜੇ ਆ, ਉਹ ਆਈਸਬਰਗ ਦਿਖ ਰਿਹਾ ਸਾਹਮਣੇ। ਅਤੇ 4:10 ਇਹਨਾਂ ਨੇ ਕਿਹਾ ਕਿ ਤੁਹਾਨੂੰ ਬੋਟ ਜਿਹੜੀ ਆ ਬਿਠਾ ਕੇ ਲੈ ਕੇ ਜਾਊਗੀ। ਸੋ ਚਲੋ ਬਈ ਹੁਣ 1-1.5 ਘੰਟੇ ਤੱਕ ਆਪਾਂ ਅੰਟਾਰਟਿਕਾ ਦੀ ਧਰਤੀ 'ਤੇ ਟੱਚ ਕਰ ਲਾਂਗੇ। ਕਰੋ ਜੀ ਇਹਨੂੰ ਬੰਦ, ਇਹਨੂੰ ਬੰਦ ਕਰਨ 'ਚ ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਭਾਰਾ ਬਈ। ਹੋ ਗਿਆ ਨਾ? ਹੋ ਗਿਆ ਜੀ। ਚਲੋ ਚਲੋ ਬਰ ਆਪਾਂ ਚੱਲਦੇ ਹਾਂ ਉੱਤੇ, ਸਾਰੇ ਜਾ ਰਹੇ ਆ ਬਈ। ਉੱਤਰਲੀ ਸਾਈਡ ਦਿਖ ਰਹੇ ਆ ਮਾਊਂਟੇਨਸ, ਲੱਗ ਗਏ ਬਈ ਸਾਰੇ ਆਪਦੀਆਂ ਫੋਟੋਜ਼ ਲੈਣ। ਲਓ ਜੀ ਇਹ ਪਹਿਲੀ ਝਲਕ ਆ ਬਈ ਅੰਟਾਰਟਿਕਾ ਦੀ, ਉਹ ਪਹਾੜ ਦਿਖ ਰਿਹਾ, ਇਹ ਅੰਟਾਰਟਿਕਾ ਦੇ ਵਿੱਚ ਆ, ਅੱਜ ਉਹ ਵੀ ਬਰਫ਼ ਸਾਰੀ ਦਿਖ ਰਹੀ ਹੈ ਸਾਰਾ। ਹੁਣ ਆਪਾਂ ਅੰਟਾਰਟਿਕਾ ਪਹੁੰਚ ਚੁੱਕੇ। ਵਾਹ ਬਈ, ਡਿਫਰੈਂਟ ਲੱਗ ਰਿਹਾ ਬਹੁਤ ਜ਼ਿਆਦਾ, ਮਤਲਬ ਕੀ ਦੱਸਾਂ ਹੁਣ ਮੈਂ, ਪਰ ਬਹੁਤ ਵਧੀਆ ਲੱਗ ਰਿਹਾ। ਮੂਰਤੀ ਇਹਨੇ ਸ਼ਿਪ ਪਤਾ ਲੱਗਦਾ ਬਈ, ਔਰ ਇੱਥੇ ਨਾ ਬਿਲਕੁਲ ਹੁਣ ਮਤਲਬ ਸ਼ਾਂਤ ਹੋ ਗਿਆ, ਜਿਵੇਂ ਅਸੀਂ ਉੱਥੋਂ ਚੱਲੇ ਸੀਗੇ ਨਾ ਉਸ਼ਵਾਇਆ ਤੋਂ, ਉੱਦਾਂ ਦਾ ਮਤਲਬ ਬਿਲਕੁਲ ਲੱਗ ਰਿਹਾ ਕਿ ਸ਼ਿਪ ਬਿਲਕੁਲ ਹਿੱਲ ਨਹੀਂ ਰਹੀ ਹੈ, ਬਹੁਤ ਸ਼ਾਂਤ ਹੈ, ਕਿਉਂਕਿ ਡਰੇਕ ਪਾਸਿਸ ਪਿੱਛੇ ਰਹਿ ਗਿਆ, ਔਰ ਪੂਰੇ ਡਰੇਕ ਪਾਸਿਸ ਬਈ ਇਹਨਾਂ ਦੇ ਮੁਤਾਬਿਕ ਉਹ ਬਿਲਕੁਲ ਸ਼ਾਂਤ ਸੀਗਾ, ਪਰ ਬਈ ਮੇਰੇ ਹਿਸਾਬ ਨਾਲ ਤਾਂ ਬਹੁਤ ਹਿੱਲਦਾ ਆਇਆ। ਚਲੋ ਜਿੱਦਾਂ ਜੋ ਵੀ ਸੀਗਾ, ਮੇਰੇ ਲਈ 2 ਦਿਨ ਕਾਫੀ ਔਖੇ ਹੋ ਗਏ। ਮੈਂ 1.5 ਘੰਟਾ ਉੱਠਦਾ ਸੀਗਾ, 2 ਘੰਟੇ ਸੌਂਦਾ ਸੀ, 1.5 ਘੰਟਾ ਉੱਠਦਾ ਸੀ, 2 ਘੰਟੇ ਰਾਤ ਨੂੰ ਤਾਂ ਖੈਰ ਸੌਣਾ ਹੀ ਹੁੰਦਾ ਸੀਗਾ। ਸੋ ਦਿਨਾਂ ਵੀ ਮੈਂ ਇੱਦਾਂ ਕੱਢਿਆ, ਅਤੇ ਬਹੁਤ ਜ਼ਿਆਦਾ ਖਾਣਾ ਨਹੀਂ ਖਾਧਾ, ਅੱਜ ਥੋੜ੍ਹਾ ਬਹੁਤ ਖਾਣਾ ਖਾ ਲਿਆ, ਅਤੇ ਉਹਦਾ ਮੈਨੂੰ ਵੈਸੀ ਖੁਸ਼ੀ ਆ ਰਹੀ ਵੀ ਬਰਫ਼ ਉੱਡ ਉੱਡ ਕੇ ਆ ਰਹੀ ਹੈ ਮੇਰੇ ਮੂੰਹ 'ਤੇ ਪੈ ਰਹੀ ਹੈ, ਡਿੱਗ ਨਹੀਂ ਰਹੀ ਉੱਤੋਂ, ਉਹ ਸਾਡਾ ਡਿੱਗ ਵੀ ਰਹੀ ਹੋਵੇ, ਨਹੀਂ ਯਾਰ ਇਹ ਉੱਡ ਕੇ ਆ ਰਹੀ ਹੋ, ਕਿਉਂਕਿ ਟੈਂਪਰੇਚਰ 1°C ਆ, 1 ਡਿਗਰੀ 'ਚ ਵੈਸੇ ਪੈ ਜਾਂਦੀ ਹੈ ਬਰਫ਼, ਇਹ ਜਿਹੜਾ ਪਾਣੀ ਨੇ ਮੈਨੂੰ ਲੱਗਦਾ ਲਹਿਰਾਂ ਉੱਡ ਕੇ ਆ ਰਹੀਆਂ, ਉਹੀ ਬਰਫ਼ ਬਣਦੀਆਂ ਜਾ ਰਹੀਆਂ। ਯਾਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਦਾਂ ਸ਼ਬਦਾਂ 'ਚ ਬਿਆਨ ਕਰਾਂ ਬਈ,
ਹੈ ਤਾਂ ਬਈ ਬਰਫ਼ ਹੀ ਬਰਫ਼ ਹੈ ਇੱਥੇ, ਕੁਛ ਵੀ ਨਹੀਂ ਗਾ, ਮਤਲਬ ਬਰਫ਼ ਹੀ ਬਰਫ਼ ਰਹਿੰਦੀ ਆ। ਹਾਲਾਂਕਿ ਹੁਣ ਬਰਫ਼ ਹੈਗੀ ਆ ਜਦੋਂ ਇੱਥੇ ਗਰਮੀਆਂ ਸੀ, ਹੁਣ ਤਾਂ ਮਤਲਬ ਠੰਡ ਆਉਣੀ ਸ਼ੁਰੂ ਹੋ ਗਈ ਆ। ਔਰ ਇਸ ਟ੍ਰਿਪ ਦਾ ਲਾਸਟ ਕਰੂਜ਼ ਆ ਵੀ, ਇਸ ਤੋਂ ਬਾਅਦ ਹੁਣ ਅਗਲੇ ਸੀਜ਼ਨ 'ਚ ਜਾਊਗਾ ਬਾਈ ਨੇ ਹੁਣੇ ਦੱਸਿਆ ਉਹਨਾਂ ਨੇ। ਇਹਨਾਂ ਦਾ ਇਸ ਤੋਂ ਬਾਅਦ ਇੱਕ ਹੋਰ ਕਰੂਜ਼ ਸੀਗਾ, ਉਹ ਸ਼ਾਇਦ ਇਹਨਾਂ ਨੇ ਕੈਂਸਲ ਕਰਤਾ ਕਿਉਂਕਿ ਬਈ ਹੁਣ ਇਸ ਤੋਂ ਬਾਅਦ ਬਹੁਤ ਮੁਸ਼ਕਿਲ ਆ। ਔਰ ਧੁੰਦ ਠੀਕ ਠਾਕ ਹੈਗੀ ਆ ਪਰ ਦਿਸ ਰਿਹਾ, ਕਈ ਵਾਰ ਕਹਿੰਦੇ ਵੀ ਇੰਨੀ ਧੁੰਦ ਹੁੰਦੀ ਹੈ ਕਿ ਜਿਵੇਂ ਹੁਣ ਆਪਾਂ ਇੰਨਾ ਨੇੜੇ ਆ ਗਏ ਤਾਂ ਇੱਥੋਂ ਵੀ ਕੁਛ ਦਿਖਦਾ ਨਹੀਂ ਹੈ, ਪਰ ਬਹੁਤ ਕਲੀਅਰਲੀ ਦੇਖਿਆ ਜਾ ਸਕਦਾ। ਔਰ ਆਪਾਂ ਇਸ ਟਾਈਮ ਮੇਨਲੈਂਡ 'ਤੇ ਹਾਂ ਮੇਰੇ ਹਿਸਾਬ ਨਾਲ, ਬਾਕੀ ਉੱਤਰ ਕੇ ਉਹ ਦੱਸਣਗੇ ਕਿ ਪਿੱਛੇ ਕੁਛ ਦਿਖ ਨਹੀਂ ਰਿਹਾ, ਧੁੰਦ ਹੀ ਧੁੰਦ ਦਿਖ ਰਹੀ ਆ ਸਾਰੀ। ਜਿਵੇਂ ਜਿਵੇਂ ਨੇੜੇ ਆ ਰਿਹਾ ਤਿਆਰੀ ਚੱਲ ਰਹੀ ਆ। ਔਰ ਇੱਧਰ ਬਾਈ ਹਰੀ ਇੰਜਨ ਆਇਲ ਵਗੈਰਾ ਪਾ ਰਹੇ ਆ, ਉਹ ਬਾਈ ਦੱਸ ਰਿਹਾ ਇੰਜਨ ਆਇਲ ਵਗੈਰਾ ਮਤਲਬ ਤੇਲ ਵਗੈਰਾ ਪਾ ਰਹੇ ਆ। ਔਰ ਇਹੀ ਜਿਹੜੀਆਂ ਬਈ ਬੋਟਸ ਨੇ ਜਾਂ ਇਹਨਾਂ ਨੂੰ ਕੀ ਕਹਾਂਗੇ, ਅਤੇ ਇਹੀ ਚੱਲਦੀਆਂ ਨੇ, ਅਤੇ ਇਹਦੇ ਉੱਤੇ ਬਈ ਆਪਾਂ ਬੈਠ ਕੇ ਅੰਟਾਰਟਿਕਾ ਦੀ ਧਰਤੀ ਨੂੰ ਟੱਚ ਕਰਨ ਵਾਲੇ ਹਾਂ। ਦੇਖੋ ਬਹੁਤ ਸਾਰੀਆਂ ਇਹਨਾਂ ਕੋਲ, ਥੱਲੇ 3, 4, 5, 6, 7, 8 ਤਾਂ ਮੈਨੂੰ ਇੱਥੇ ਦਿਖ ਰਹੀਆਂ ਬਈ, ਬਾਕੀ ਹੋਰ ਵੀ ਹੋਣਗੀਆਂ। ਉੱਤੇ ਸ਼ਾਇਦ ਮੇਰੇ ਲਈ ਜਾਣਾ ਅਲਾਓ ਨਹੀਂ ਹੋਊਗਾ, ਕਰਿਊ ਆਉਣ ਲਈ ਲਿਖਿਆ ਹੋਇਆ, ਤਾਂ ਕਰਕੇ ਮੈਂ ਉੱਤੇ ਨਹੀਂ ਜਾ ਰਿਹਾ। ਚਲੋ ਬਾਈ, ਮੇਰੀ ਤਾਂ ਹੁਣ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ, ਆਪਕੀ ਕੋਈ ਖੁਸ਼ੀ ਨਹੀਂ ਨਾ ਆਪਕੋ। ਚਲੋ ਜੈਕਟ ਉਤਾਰੋ ਬਾਈ, ਮੇਰੀ ਜੈਕਟ ਪਾ ਕੇ ਘੁੰਮ ਰਿਹਾ ਔਰ ਗਿਆ। ਚਲੋ ਬਾਈ ਚੱਲੀਏ ਹੁਣ ਰੂਮ 'ਚ, ਤਿਆਰ ਹੋ ਗਏ ਹਾਂ। ਆ ਇਹਨਾਂ ਨੇ ਪਾਰਕਾ ਦਿੱਤੀ ਹੈ, ਜਿਹੜੀ ਜੈਕਟ ਹੈ ਇਹ ਆਪਾਂ ਕੋਲੇ ਰੱਖ ਸਕਦੇ ਹਾਂ, ਆਪਦੇ ਘਰੇ ਵੀ ਲਿਜਾ ਸਕਦੇ, ਨਵੀਂ ਹੈ ਪਰ ਦੇਖਣ ਨੂੰ ਨਹੀਂ ਲੱਗ ਰਹੀ ਸੀ, ਪਰ ਥੋੜ੍ਹੀ ਜਿਹੀ ਲੰਮੀ ਜੀ ਹੈ। ਅਤੇ 3 ਨੰਬਰ ਮਡ ਰੂਮ ਹੈ ਬਈ, ਮਡ ਰੂਮ 'ਚ ਚੱਲਦੇ ਹਾਂ ਅਤੇ ਉੱਥੋਂ ਆਪਦੇ ਪਾਉਣੇ ਸ਼ੂਜ਼ ਬੂਟਸ ਜਿਹੜੇ ਇਹਨਾਂ ਨੇ ਦਿੱਤੇ ਆ ਲੌਂਗ ਵਾਲੇ। ਅਤੇ ਪਹਿਲੇ ਹੀ ਗਰੁੱਪ ਦੇ ਵਿੱਚ ਸਾਡੀ ਐਂਟਰੀ ਹੈ, ਮਤਲਬ ਸਾਡੀ ਪੂਰੀ ਸ਼ਿਪ ਦੇ ਵਿੱਚ ਅਸੀਂ ਐਂਟਰ ਹੋਣ ਵਾਲੇ ਵੀ ਪਹਿਲੇ ਬੰਦੇ ਸੀਗੇ, ਅਤੇ ਅੰਟਾਰਟਿਕਾ ਦੇ ਉੱਤੇ ਪੈਰ ਰੱਖਣ ਵਾਲਾ ਜਿਹੜਾ ਪਹਿਲਾ ਗਰੁੱਪ ਹੈ ਉਹਦੇ 'ਚ ਵੀ ਅਸੀਂ ਹਾਂ। ਹੈਲੋ, ਚਲੋ ਬਈ ਬੂਟਸ ਪਾਈਏ ਪਹਿਲਾਂ ਆਪਣਾ। 505 ਨੰਬਰ ਕਿੱਥੇ ਆ? ਇੱਧਰ ਹੈ, ਆ ਰਿਹਾ ਜੀ 505, ਇੱਥੇ ਤਾਂ ਪਏ ਆ ਸਾਰਾ ਕੁਛ। ਮਨਗੁਰੂ ਬਾਈ ਕਿੱਧਰ ਗਏ ਬਈ, ਆਏ ਨਹੀਂ ਇੱਥੇ? ਮੈਂ ਉੱਥੇ ਜਾ ਆਇਆ ਅਤੇ ਉਹ ਬਾਈ ਕਹਿੰਦੇ ਵੀ ਅਨਾਊਂਸਮੈਂਟ ਤੋਂ ਬਾਅਦ ਹੀ ਕਹਿੰਦਾ ਪਾ ਕੇ ਜਾਇਓ, ਨਹੀਂ ਤਾਂ ਕਹਿੰਦਾ ਜ਼ਿਆਦਾ ਤੰਗ ਹੋਊਗੇ ਕਿਉਂਕਿ ਉਹ ਬੁਰੀ ਮਤਲਬ ਹੈਗੀ ਆ ਜਿਹੜੀ ਲਾਈਫ ਜੈਕਟ ਵਗੈਰਾ, ਅਤੇ ਉਹ ਸਾਰਾ ਕੁਛ ਪਾ ਕੇ ਜਾਣਾ ਪਊਗਾ। ਅਜੀਬ ਤਰ੍ਹਾਂ ਦੀ ਥੋੜ੍ਹੀ ਲਾਈਫ ਜੈਕਟ ਆ, ਮਤਲਬ ਪਤਲੀ ਭਾਰੀ ਆ, 3-4 ਕਿਲੋ ਦੀ। ਸੋ ਮੈਂ ਕਿਹਾ ਚਲੋ ਠੀਕ ਹੈ, ਫਿਰ ਮੈਂ ਉੱਤੇ ਆ ਗਿਆ, ਬੂਟਸ ਵੀ ਮੈਂ ਨਹੀਂ ਪਾ ਗਿਆ ਆ। ਅਤੇ ਇੱਥੇ ਬੈਠਦੇ ਹਾਂ, ਜਦੋਂ ਅਨਾਊਂਸਮੈਂਟ ਹੋਊਗੀ, ਹਲੇ ਪਏ ਆ ਮਤਲਬ ਲਗਭਗ 20-22 ਮਿੰਟ ਪਏ ਆ, ਅਤੇ ਫਿਰ ਆਪਾਂ ਪਾ ਕੇ ਉਤਰਾਂਗੇ। ਮੈਂ ਬੜਾ ਐਕਸਾਈਟਡ ਹਾਂ, ਮੇਰਾ ਤਾਂ ਜੀ ਕਰ ਰਿਹਾ ਸੀ ਹੁਣੇ ਹੀ ਪਾ ਕੇ ਬੈਠ ਜਾਵਾਂਗੇ। ਉਹ ਵੀ ਆ ਗਈ ਬੋਟ, ਇੱਧਰ ਥੱਲੇ ਆ ਗਏ ਸੀਗੇ, ਅਤੇ ਇੱਥੇ ਨਾ ਗਰੁੱਪ ਬਣਾਤੇ, ਜਿਵੇਂ ਦੇਖੋ ਜ਼ੋਡੀਆਕ 1 ਲਿਖਿਆ, ਜ਼ੋਡੀਆਕ 2, 3, ਅਤੇ ਹਰੇਕ ਚਾਰ ਗਰੁੱਪ ਨੇ, ਅਤੇ ਹਰੇਕ ਗਰੁੱਪ ਦੀਆਂ 4 ਬੋਟਸ ਜਾਣਗੀਆਂ, ਮਤਲਬ 16 ਬੋਟਸ ਗੇੜੇ ਲੱਗਣਗੇ ਪੂਰੀ ਸ਼ਿਪ ਨੂੰ ਲਾਉਣ ਲੱਗਿਆ। ਅਤੇ ਜਿਹੜਾ ਬੰਦਾ ਜ਼ੋਡੀਆਕ 1 'ਚ ਜਿਵੇਂ ਪਹਿਲਾਂ ਆ ਕੇ ਬੈਠ ਗਿਆ ਉਹ ਪਹਿਲਾਂ ਜਾਊਗਾ, ਜਿਹੜਾ ਦੂਜੇ ਨੰਬਰ 'ਤੇ ਆ, ਜਿਵੇਂ ਜਿਵੇਂ ਆ ਕੇ ਬੈਠਦੇ ਗਏ ਉਵੇਂ ਉਵੇਂ ਜਾਣਗੇ, ਅਤੇ ਹਮ ਸਭਸੇ ਪਹਿਲੇ ਹਮ ਹੈ ਨਾ। ਅਤੇ ਮਤਲਬ ਉਸ ਦਿਨ ਬਈ ਅਸੀਂ ਇਹਦੇ ਸ਼ਿਪ 'ਚ ਵੀ ਪਹਿਲਾਂ ਕਦਮ ਅਸੀਂ ਰੱਖਿਆ ਸੀ, ਅਤੇ ਅੱਜ ਅੰਟਾਰਟਿਕਾ ਦਾ ਵੀ ਪਹਿਲਾ ਕਦਮ ਅਸੀਂ ਰੱਖਣ ਜਾ ਰਹੇ ਹਾਂ। ਲਓ ਬਈ ਸਾਡਾ ਗਰੁੱਪ ਤਿਆਰ ਹੈ ਬਈ, ਅਤੇ ਜਾ ਰਹੇ ਹਾਂ ਹੁਣ ਆਪਾਂ। ਆ ਬਾਈ ਸਕੈਨ ਕਰੂਗਾ, 505 ਸਕੈਨ ਨਹੀਂ ਹੋਇਆ ਸੀ ਬਾਈ ਨੇ, ਰੂਮ ਪੁੱਛਿਆ। ਚਲੋ ਬਾਈ ਫਾਈਨਲੀ ਆਪਾਂ ਅੰਟਾਰਟਿਕਾ ਦੀ ਧਰਤੀ 'ਤੇ ਪਹਿਲਾ ਕਦਮ ਰੱਖਣ ਲਈ ਤਿਆਰ ਹਾਂ, ਅਤੇ ਹੁਣ ਬਚ ਕੇ ਜਾਣਾ ਪਊਗਾ, ਥੋੜ੍ਹਾ ਜਿਹਾ ਡਿੱਗੀ ਨਾ ਪਈਏ ਕਿਤੇ। ਹੈਲੋ, ਓਕੇ ਥੈਂਕ ਯੂ, ਓਕੇ ਓਕੇ
ਓਕੇ ਹੇਅਰ ਯੈਸ ਓਕੇ ਲਓ ਬਈ ਆ ਗਏ ਆ ਨਾਨਕੁਰ ਬਾਈ ਵੀ ਆ ਗਏ ਤੇਰੇ ਝਟਕਾ ਵੱਜਦਾ ਬਈ ਹਾਂ ਪਹਿਨ ਲਓ ਠੰਡ ਲੱਗੇਗੀ ਥੋੜ੍ਹੀ ਦੇਰ ਮੈਂ ਚਲੋ ਬਈ ਬਈ ਬਹੁਤ ਵੱਡੇ ਪਹਾੜ ਹੈ ਕਰੂਜ਼ ਤੋਂ ਤਾਂ ਸਾਨੂੰ ਬਰਾਬਰ ਲੱਗ ਰਹੇ ਸੀਗੇ ਇਹ ਤਾਂ ਬਹੁਤ ਵੱਡੇ ਲੱਗ ਰਹੇ ਆ ਬਹੁਤ ਉੱਚੇ ਆ ਔਰ ਬਿਲਕੁਲ ਪੂਰਾ ਗਲੇਸ਼ੀਅਰ ਵੀ ਸਾਹਮਣੇ ਦੇਖ ਰਿਹਾ ਲਓ ਬਈ ਸਾਰੇ ਬਹੁਤ ਖੁਸ਼ ਨੇ ਚੱਲ ਪਏ ਆ ਲਓ ਬਈ ਸਾਡੀ ਸ਼ਿਪ ਰਹਿ ਗਈ ਬਹੁਤ ਪਿੱਛੇ ਤੇ ਧੂੜਾਂ ਪੜਦੀ ਹੋਈ ਨਹੀਂ ਕਹਿ ਸਕਦੇ ਪਾਣੀ ਦੀਆਂ ਬਸ਼ਾਰਾਂ ਮਾਰਦੀ ਹੋਈ ਜਾ ਰਹੀ ਹੈ ਸਾਡੀ ਜ਼ੋਡੀਆਕ ਅੰਟਾਰਟਿਕਾ ਵੱਲ ਵਾਓ ਬਈ ਸਾਹਮਣੇ ਉਹ ਵੇਲ ਦਿਖ ਰਹੀ ਹੈ ਬਈ ਉਹ ਬਈ ਉਹ ਰਹੀ ਸਾਹਮਣੇ ਦੇਖਿਓ ਬਈ ਸਿਰਫ ਗਲੇਸ਼ੀਅਰ ਦੇਖ ਰਿਹਾ ਪਹਾੜ ਦੇ ਨਾਲ ਨਾਲ ਸਿਰਫ ਬਰਫ ਹੀ ਬਰਫ ਹੈ ਕੁਛ ਵੀ ਨਹੀਂ ਹੈ ਤੇ ਪੈਂਗੁਇਨਸ ਦੇਖ ਰਹੇ ਆ ਪਾਣੀ ਚ ਓਏ ਹੋ ਰਿਹਾ ਬਈ ਉੱਥੇ ਦੇਖ ਰਹੇ ਆ ਬਹੁਤ ਦੂਰ ਤੱਕ ਦੇਖ ਰਿਹਾ ਉਹ ਉੱਥੇ ਵੀ ਦੇਖ ਰਿਹਾ ਸਾਹਮਣੇ ਯਾਰ ਕੈਮ ਮਤਲਬ ਥੋੜ੍ਹੇ ਥੋੜ੍ਹੇ ਦੇਖ ਰਿਹਾ ਉਹ ਰਿਹਾ ਉਹ ਦੇਖੋ ਸਾਡੇ ਗਰੁੱਪ ਵਾਲੀ ਦੂਜੀ ਬੋਟ ਵੀ ਆ ਗਈ ਬਈ ਹਰੇਕ ਗਰੁੱਪ 'ਚ ਚਾਰ ਬੋਟਸ ਨੇ ਉਹ ਦੇਖੋ ਬਈ ਲੋਕਾਂ ਨੂੰ ਕਾਫੀ ਮਜ਼ਾ ਆ ਰਿਹਾ ਪੈਂਗੁਇਨ ਜਾਂ ਵੇਲ ਦੇਖ ਕੇ ਪਰ ਮੇਰਾ ਤਾਂ ਦਿਲ ਕਰ ਰਿਹਾ ਕਦੋਂ ਲਾਵੇ ਪਰ ਮੈਨੂੰ ਲੱਗਦਾ ਅੱਜ ਬਰਫ਼ ਵੀ ਪੈ ਰਹੀ ਆ ਸ਼ਾਇਦ ਅੱਜ ਪਹਿਲਾ ਦੇਣਾ ਸਿਰਫ ਦਿਖਾ ਕੇ ਜਾਣਗੇ ਮਤਲਬ ਕਦਮ ਰੱਖਣ ਦਾ ਮੌਕਾ ਨਹੀਂ ਦੇਣਗੇ ਵੈਸੇ ਤਾਂ ਚਲੋ ਆਪਾਂ ਅੰਟਾਰਟਿਕਾ 'ਚ ਪਹੁੰਚ ਹੀ ਚੁੱਕੇ ਹਾਂ ਧਰਤੀ 'ਤੇ ਨਹੀਂ ਤਾਂ ਮਤਲਬ ਪਾਣੀ ਤਾਂ ਟੱਚ ਕਰ ਹੀ ਲਿਆ ਅੰਟਾਰਟਿਕ ਓਸ਼ਨ ਦੇ ਵਿੱਚ ਆ ਸੋ ਪੈਂਗੁਇਨ ਅਤੇ ਵੇਲ ਦੇ ਕੇ ਬਹੁਤ ਖੁਸ਼ ਹੋ ਰਿਹਾ ਬਈ ਲੋਕ ਪਰ ਮੈਨੂੰ ਤਾਂ ਮਜ਼ਾ ਆ ਰਿਹਾ ਬਈ ਛੇਤੀ ਲੈ ਕੇ ਜਾਓ ਬਿਲਕੁਲ ਨੇੜੇ ਲੈ ਕੇ ਜਾਓ ਪਰ ਮੇਰੇ ਸਾਹਮਣੇ ਉਹ ਆਈਸਬਰਗ ਦੇ ਨੇੜੇ ਤਾਂ ਨਹੀਂ ਲੈ ਕੇ ਜਾਣਗੇ ਔਰ ਇਸ ਪਹਾੜ ਦੇ ਵੀ ਕਿਉਂਕਿ ਬਈ ਗਲੇਸ਼ੀਅਰ ਜਿਹੜਾ ਨਾ ਬਹੁਤ ਜ਼ਿਆਦਾ ਉਹ ਹੈ ਸਿਰਫ ਸਾਨੂੰ ਨੇੜੇ ਤੇੜੇ ਘੁਮਾਉਣਗੇ ਆਸੇ ਪਾਸੇ ਮਤਲਬ ਉਹ ਦੂਰ ਵੀ ਚੱਕਰ ਲਵਾ ਕੇ ਲਿਆਉਣਗੇ ਉਹ ਉੱਥੇ ਦਿਖੂਗਾ ਬਈ ਹੁਣ ਦੇਖਿਓ ਬਹੁਤ ਨੇੜੇ ਆ ਗਏ ਅਸੀਂ ਵਾਓ ਵੇਲ ਹੈ ਬਈ ਬਹੁਤ ਹੀ ਵੱਡੀ ਆ ਬਈ ਉਹ ਤੇਰੀ ਬਿਲਕੁਲ ਹੀ ਨੇੜੇ ਆ ਗਏ ਨਿਕਲੂਗੀ ਆਹ ਦੇਖਿਓ ਹੁਣ ਨਿਕਲ ਕਿੱਧਰ ਗਈ ਹੋਰ ਉਹ ਬਈ ਓ ਬਹੁਤ ਗੰਦੀ ਸਮੈਲ ਆ ਰਹੀ ਹੈ ਬਈ ਬਹੁਤ ਜ਼ਿਆਦਾ ਗੰਦੀ ਥੱਲੇ ਆ ਕੇ ਪਲਟਾ ਹੀ ਨਾ ਦੇਵੇ ਕਿਤੇ ਅੱਛਾ ਉਹ ਬਹੁਤ ਵੱਡੀ ਆ ਬਈ ਗੇੜੇ ਲਾਉਂਦੀ ਫਿਰਦੀ ਆ ਚਾਰੇ ਪਾਸੇ ਕਦੇ ਇੱਧਰ ਕਦੇ ਉੱਧਰ ਜਮਾਂ ਹੀ ਨੇੜੇ ਆ ਗਈ ਬਈ ਇਹ ਤਾਂ ਔਰ ਬਹੁਤ ਗੰਦੀ ਸਮੈਲ ਵੀ ਛੱਡਦੀ ਆ ਬਈ
ਗਈ ਆ ਸਾਰੇ ਦੇਖੋ ਕਿੱਦਾਂ ਲੱਭਣ ਲੱਗ ਗਏ ਉੱਧਰ ਚਲ ਗਏ ਪਤਾ ਨਹੀਂ ਲੱਗਦਾ ਥੱਲੋਂ ਨਾ ਕਿਤੇ ਨਿਕਲ ਪਲਟਾ ਦੂ ਹਨਾ ਪਲਟਾ ਤਾਂ ਪਤਾ ਨਹੀਂ ਬਿਲਕੁਲ ਹੀ ਗੋਲੇ ਆ ਰਹੇ ਤਾਂ ਹੁਣ ਦੇਖੋ ਬਾਈ ਕਿਵੇਂ ਫਕਾਰੇ ਮਾਰ ਰਹੀ ਆ ਚੱਲ ਪਿਆ ਹੁਣ ਵਾਪਸ ਆਪਾਂ ਵੇਲਸ ਦੇਖੀਆਂ ਪੈਂਗਵਿੰਗਸ ਦੇਖੇ ਦੁਬਾਰਾ ਤੋਂ ਸਟਾਰਟ ਕਰਤੀ ਆ ਆਪਣੀ ਜ਼ੋਡੀਆਕ ਉਹ ਦੇਖੋ ਬਾਈ ਹੌਲੇ ਵੀ ਦਿਖ ਰਹੀ ਆ ਬਾਈ ਦੇਖ ਕੇ ਮਜ਼ਾ ਆ ਰਿਹਾ ਪਰ ਕੋਰੋਨਾ ਦੀ ਨਾ ਬਹੁਤ ਗੰਦੀ ਸਮੈਲ ਆਈ ਸੀ ਉਹਦੀ ਪਰ ਬੜਾ ਮਜ਼ਾ ਆ ਰਿਹਾ ਉਹਨੂੰ ਦੇਖ ਕੇ ਬੜੀ ਵੱਡੀ ਆ ਬਹੁਤ ਹੀ ਜ਼ਿਆਦਾ ਵੱਡੀ ਐਂ ਲਾ ਲਓ ਵੀ ਪੰਜ ਛੇ ਮੱਝਾਂ ਜਿੱਡੀ ਇੱਕ ਹੀ ਆ ਵੀ ਹੁਣ ਇਹ ਭੈਣ ਜੀ ਕਹਿ ਰਹੇ ਆ ਕਿ ਹੁਣ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਪੈਂਗਵਿੰਗਸ ਦਿਖਾਉਣ ਚਲੋ ਬਾਈ ਕਿ ਉਹਦਾ ਪੈਂਗਵਿੰਗਸ ਹੀ ਦੇਖ ਜਾਣ ਵੈਸੇ ਤਾਂ ਦੇਖਦੇ ਰਹਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਰ ਅੱਜ ਪਹਿਲਾ ਦਿਨ ਹੈ ਨਾ ਕੁਝ ਜ਼ਿਆਦਾ ਹੀ ਮਤਲਬ ਐਕਸਾਈਟਮੈਂਟ ਜੀ ਹੈ ਚਾਰ ਦਿਨ ਇੱਥੇ ਹਾਂ ਪਰ ਅੱਜ ਲਾਉਣਗੇ ਨਹੀਂ ਬਰਫ਼ ਬਹੁਤ ਪੈ ਰਹੀ ਹੈ ਕਾਫ਼ੀ ਤੁਹਾਨੂੰ ਦਿਖ ਵੀ ਰਹੀ ਹੋਣੀ ਕੈਮਰੇ 'ਚ ਪਰ ਇੰਨੀ ਕਾਫ਼ੀ ਉੱਤੇ ਤਾਂ ਬਹੁਤ ਜ਼ਿਆਦਾ ਪੈ ਰਹੀ ਆ ਪਹਾੜ ਦੀ ਚੋਟੀ ਤਾਂ ਦਿਖ ਵੀ ਨਹੀਂ ਰਹੀ ਬਾਈ ਉਹ ਸਾਰੇ ਕਰ ਰਿਹਾ ਕਾਇਕਿੰਗ ਅਸੀਂ ਵੀ ਜਾ ਸਕਦੇ ਸੀ ਪਰ ਇਹਨਾਂ ਨੇ ਕਿਹਾ ਸੀ ਜੇ ਕਾਇਕਿੰਗ ਕਰਨੀ ਆ ਤਾਂ ਤੁਹਾਡੇ ਹੋਰ ਕਈ ਚੀਜ਼ਾਂ ਮਿਸ ਹੋ ਸਕਦੀਆਂ ਤਾਂ ਕਰਕੇ ਅਸੀਂ ਫਿਰ ਗਏ ਨਹੀਂ ਬਈ ਉਹ ਸੀ ਤਾਂ ਬਹੁਤ ਸਸਤੀ $117 ਦੀ ਸੀ ਜਸਟ ਇਹਨਾਂ ਨੇ ਦੱਸਿਆ ਜਿਹੜੀਆਂ ਵੇਲਸ ਉਹ ਵੀ ਨੌਰਥ 'ਚ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਬੱਚੇ ਕਰਨੇ ਹੁੰਦੇ ਆ ਤਾਂ ਉਹ ਬਈ ਥੋੜ੍ਹੇ ਗਰਮ ਪਾਣੀ ਜਾਂਦੀਆਂ ਨੇ ਇੱਥੇ ਪਾਣੀ ਕਾਫ਼ੀ ਠੰਡਾ ਅਤੇ ਵਾਪਸ ਫਿਰ ਅੰਟਾਰਟਿਕਾ ਵਾਲੇ ਪਾਸੇ ਆ ਜਾਂਦੀਆਂ ਚਲੋ ਹੁਣ ਚੱਲਦੇ ਹਾਂ ਮੈਂ ਬਿਲਕੁਲ ਉੱਧਰ ਨੂੰ ਉੱਥੇ ਪੈਂਗਵਿੰਗਸ ਦੇਖਣਗੇ ਮੈਨੂੰ ਲਾਲ ਪੈਂਗਵਿੰਗਸ ਤੈਰ ਕੇ ਜਾ ਰਹੇ ਬਹੁਤ ਸਾਰੇ ਹੁੰਦੇ ਆ ਮਤਲਬ ਜਿਹੜੇ ਇਹ ਪਾਣੀ 'ਚ ਵੀ ਜਾਂਦੇ ਨੇ ਕਈ ਤਰ੍ਹਾਂ ਦੇ ਪੈਂਗਵਿੰਗਸ ਹੁੰਦੇ ਨੇ ਸਾਰੇ ਉਹ ਪਹਾੜ ਦੇ ਉੱਤੇ ਦੇਖ ਰਹੇ ਨੇ ਉਹ ਵੀ ਸਾਰੇ ਪੈਂਗਵਿੰਗਸ ਨੇ ਬਈ ਉੱਤੇ ਚੜ੍ਹ ਜਾਂਦੇ ਨੇ ਉੱਥੇ ਜਾ ਕੇ ਉਹ ਦੇਖੋ ਸਾਰੇ ਸੋ ਪੈਂਗਵਿੰਗ ਇੱਕ ਬਰਡ ਹੁੰਦਾ ਬਈ ਬਾਈ ਬਹੁਤ ਮਜ਼ਾ ਆ ਰਿਹਾ ਮੈਂ ਦੱਸ ਨਹੀਂ ਸਕਦਾ ਬੋਲ ਕੇ ਕਿੰਨਾ ਮਜ਼ਾ ਆ ਰਿਹਾ ਇਹ ਸਾਰਿਆਂ ਸਾਹਮਣੇ ਸਾਰੇ ਐਕਸਾਈਟਿਡ ਆ ਬਈ ਉਹ ਦੇਖੋ ਬਈ ਕਿਵੇਂ ਬਾਹਰ ਕੱਢ ਕੇ ਆ ਰਹੇ ਉਹ ਤਿਲਕ ਰਿਹਾ ਵਿਚਾਰੇ ਚੜ੍ਹਿਆ ਨਹੀਂ ਜਾ ਰਿਹਾ ਉਹਨਾਂ ਤੋਂ ਦੋ ਦੇਖੋ ਉਹ ਇਹ ਵਿਚਾਰਾ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਵਾਰ ਵਾਰ ਥੱਲੇ ਡਿੱਗ ਪੈਂਦਾ ਦੇਖੋ ਉੱਥੇ ਤਿਲਕਣ ਤਿਲਕਣ ਹੈ ਯਾਰ ਵਿਚਾਰਾ ਚੜ੍ਹ ਨੀ ਪਾ ਰਿਹਾ ਬਾਕੀ ਸਾਰੇ ਚੜ੍ਹ ਗਏ ਉਹ ਕੱਲਾ ਰਹਿ ਗਿਆ ਯਾਰ ਯਾਰ ਇਹਦੀ ਹੈਲਪ ਕਰਨੀ ਚਾਹੀਦੀ ਆ ਇਹ ਵਿਚਾਰੇ ਨਾਲ ਧੱਕਾ ਹੋ ਰਿਹਾ ਯਾਰ ਸਾਰੇ ਚੜ੍ਹ ਗਏ ਉਹ ਕਹਿੰਦਾ ਮੈਂ ਇਕੱਲਾ ਰਹਿ ਗਿਆ ਡਰ ਰਿਹਾ ਵਿਚਾਰਾ ਯਾਰ ਹੈ ਕਿੱਦਾਂ ਦੇ ਨਾ ਇਹ ਭੋਲੇ ਭਾਲੇ ਜੇ ਚੱਲ 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 ਜਵਾਨਾ ਓ ਯਾਰ ਵਿਚਾਰਾ ਡਿੱਗ ਪਿਆ ਜਵਾਨਾ ਲਾ ਥੋੜ੍ਹਾ ਜਿਹਾ ਜ਼ੋਰ ਚੜ੍ਹ ਜਾ ਚੜੂਗਾ ਚੜੂਗਾ ਬਾਈ ਉਹ ਬਾਕੀ ਸਾਰੇ ਵੀ ਆ ਰਹੇ ਉਹਦੀ ਹੈਲਪ ਕਰਨ ਆ ਰਹੇ ਮੈਨੂੰ ਲੱਗਦਾ ਉਹ ਦੇਖੋ ਯਾਰ ਕਿਊਟ ਕਿੰਨੇ ਆ ਨਾ ਮੈਂ ਤਾਂ ਇਹ ਦੇਖ ਕੇ ਹੈਰਾਨ ਆ ਵਿਚਾਰੇ ਭੋਲੇ ਭਾਲੇ ਜੇ ਦੇਖ ਕਿੱਦਾਂ ਤੁਰ ਤੁਰੇ ਕਿੱਦਾਂ ਆ ਰਹੇ ਆ ਦੇਖਿਓ ਚੜ੍ਹ ਗਿਆ ਹੋ ਰਿਹਾ ਹੋ ਗਿਆ ਹੋ ਗਿਆ ਹੁਣ ਟਰਾਈ ਕਰ ਰਿਹਾ ਕਿਸੇ ਨਾ ਕਿਸੇ ਪਾਸੇ ਜਾਣ ਚੜ੍ਹ ਜੂਗਾ ਹੁਣ ਚੜ੍ਹ ਜੂਗਾ ਚੜ੍ਹ ਗਿਆ ਜਵਾਨ ਚੜ੍ਹ ਗਿਆ ਲੈ ਬਈ ਬੱਲੇ ਬੱਲੇ ਕਰਾ ਦਿੱਤੀ ਜਵਾਨ ਨੇ ਚੜ੍ਹ ਗਿਆ ਹੁਣ ਨਹੀਂ ਹੁਣ ਬਰਫ਼ ਆ ਗਈ ਹੁਣ ਤਾਂ ਚੱਲ ਜੂਗਾ ਹੁਣ ਨਹੀਂ ਤਿਲਕਦਾ
ਲਓ ਬਈ ਬੰਦੇ ਦੀ ਮਿਹਨਤ ਆ ਬਈ, ਕਿੰਨੀ ਮਿਹਨਤ ਕੀਤੀ ਉਹਨੇ ਉੱਤੇ ਚੜ੍ਹਨ ਲੱਗਿਆ ਤੇ ਕੋਸ਼ਿਸ਼ ਜਾਰੀ ਰੱਖੀ। ਇਹ ਨਹੀਂ ਉਹਨੇ ਸੋਚਿਆ ਕਿ ਚਲੋ ਦੁਬਾਰਾ ਪਾਣੀ 'ਚ ਚੱਲਦੇ ਹਾਂ, ਖੈਰ ਉਹਨੂੰ ਪਾਣੀ 'ਚ ਕੁਛ ਨਹੀਂ ਹੋਣਾ ਸੀਗਾ, ਪਰ ਉਹਨੇ ਕਿਹਾ ਨਹੀਂ ਯਾਰ ਚੜੂੰਗਾ ਤਾਂ ਉੱਤੇ ਹੀ, ਤੇ ਚੜ੍ਹ ਗਿਆ ਬਈ। ਉਹ ਚੱਲਿਆ, ਉਹ ਸਾਰੇ ਵੀ ਉਹਦਾ ਵੇਟ ਕਰ ਰਿਹਾ, ਸਾਰਾ ਪਰਿਵਾਰ ਉਹਦਾ। ਕਈ ਵਾਰ ਬੰਦਾ ਜਿਹੜਾ ਹੋਪ ਛੱਡ ਜਾਂਦਾ ਕਿ ਬਈ ਮੈਂ ਥੱਕ ਗਿਆ, ਅੱਕ ਗਿਆ ਯਾਰ, ਮੇਰੇ ਨਾਲ ਆਹ ਹੋ ਗਿਆ ਹੋ ਗਿਆ, ਦੇਖ ਲਓ ਇੱਕ ਪੈਂਗੁਇਨ ਨੇ ਵੀ ਇੱਥੇ ਆ ਕੇ ਸਾਬਿਤ ਕੀਤਾ ਕਿ ਮਿਹਨਤ ਕਦੇ ਵੀ ਹਾਰਦੀ ਨਹੀਂ। ਉਹਨੇ ਮਿਹਨਤ ਜਾਰੀ ਰੱਖੀ, ਗਿਵ ਅਪ ਨਹੀਂ ਕੀਤਾ, ਤੇ ਉਹ ਬਈ ਚੜ੍ਹ ਗਿਆ ਤੇ ਪਹੁੰਚ ਗਿਆ ਆਪਦੇ ਪਰਿਵਾਰ ਦੇ ਵਿੱਚ। ਸੋ ਇਸ ਤੋਂ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਛੋਟੇ ਬਰਡ ਤੋਂ ਕਿ ਬਈ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ, ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ, ਕਦੇ ਵੀ ਐਂ ਨਹੀਂ ਕਰਨਾ ਚਾਹੀਦਾ ਨਹੀਂ ਯਾਰ ਇਹ ਮੈਂ ਨਹੀਂ ਕਰ ਸਕਦਾ, ਮੈਂ ਨਹੀਂ, ਸਭ ਕੁਛ ਕਰ ਸਕਦਾ ਇਨਸਾਨ, 84 ਲੱਖ ਜੂਨਾਂ 'ਚੋਂ ਸਭ ਤੋਂ ਮਹਾਨ ਹੈ, ਸਭ ਕੁਛ ਕਰ ਸਕਦਾ। ਆਹ ਜਿਹੜੇ ਇੱਕ ਨਾ ਇੱਥੇ ਬਰਡ ਬੈਠਾ, ਮੈਂ ਦਿਖਾਊਂਗਾ ਤੁਹਾਨੂੰ ਆਹ ਪੰਛੀ। ਉਹ ਬਈ ਉਹ ਜਿਹੜਾ ਬੈਠਾ ਹੋਇਆ ਉਹ ਰਿਹਾ, ਉਹ ਜਿਹੜਾ ਆਹ ਵਾਈਟ ਜਿਹਾ ਇੱਕ ਬਰਡ ਬੈਠਾ ਹੋਇਆ ਵੀ, ਆਹ ਦੇਖਿਓ। ਸੋ ਵਾਈਟ ਬਰਡ ਜਿਹੜਾ ਬੈਠਾ ਹੋਇਆ ਵੀ ਤੁਹਾਨੂੰ ਦੇਖ ਰਿਹਾ ਹੋਣਾ, ਇਹ ਬਈ ਪੈਂਗੁਇਨਸ ਦਾ ਜਿਹੜਾ ਮਤਲਬ ਕਹਿ ਲਓ ਕਿ ਪੈਂਗੁਇਨ ਦੀਆਂ ਬਿੱਠਾਂ ਕਹਿ ਲਓ, ਕੁਛ ਵੀ ਕਹਿ ਲਓ, ਕੀ ਕਹੋਗੇ ਤੁਸੀਂ, ਉਹ ਖਾਂਦੀ ਹੈ ਬਈ ਇਹ ਜਿਹੜਾ ਆਹ ਬਰਡ ਬੈਠਾ ਹੋਇਆ ਜਿਹੜਾ। ਅਤੇ ਇੱਕ ਹੋਰ ਇੱਥੇ ਉੱਡਦਾ ਫਿਰ ਰਿਹਾ ਸੀਗਾ, ਸ਼ਾਇਦ ਉਹੀ ਹੈ ਯਾਰ, ਉਹ ਬੈਠੀ, ਉਹ ਕਾਲੀ ਜਿਹੀ ਬੈਠੀ ਦਿਖ ਰਹੀ ਹੈ ਜਿਹੜੀ। ਅਤੇ ਇਹ ਬਈ ਪੈਂਗੁਇਨਸ ਦੇ ਆਂਡੇ ਜਾਂ ਫਿਰ ਪੈਂਗੁਇਨਸ ਦੇ ਛੋਟੇ ਬੱਚੇ ਵੀ ਖਾ ਜਾਂਦੀ ਹੈ, ਦੇਖ ਲਓ ਹੈ, ਸਾਰਿਆਂ ਦਾ ਦਾਣਾ ਪਾਣੀ ਰੱਬ ਨੇ ਇੱਥੇ ਹੀ ਕੀਤਾ ਹੋਇਆ। ਸੀਲ ਦਿਖ ਰਹੀਆਂ ਜਿਹੜੀਆਂ ਇੱਥੇ ਹੈਗੀਆਂ, ਸੀਲ ਹੈ, ਦੇਖਿਓ ਕਿੱਦਾਂ ਆਲਸੀ ਜੀਆਂ ਨੇ। ਸੋ ਬਈ ਅਗਰੈਸਿਵ ਵੀ ਹੋ ਜਾਂਦੀਆਂ, ਕਹਿੰਦੀਆਂ ਸੋ ਬਈ ਸੀਲਸ ਆਏ, ਜਿੰਨੀਆਂ ਵੀ ਸਾਰੀਆਂ ਦੇਖ ਰਹੀਆਂ, ਬਿਲਕੁਲ ਹੀ ਮਤਲਬ ਇੱਦਾਂ ਪਈਆਂ ਹੋਈਆਂ, ਪੱਥਰਾਂ ਵਾਂਗੂ ਪੱਥਰਾਂ ਵਰਗੀਆਂ ਲੱਗ ਰਹੀਆਂ, ਇੱਦਾਂ ਲੇਟੇ ਲਾ ਰਹੀਆਂ ਬਰਫ਼ 'ਚ। ਅਤੇ ਉਹ ਕਹਿੰਦੇ ਬਹੁਤਾ ਨੇੜੇ ਨਹੀਂ ਜਾ ਸਕਦੇ, ਇਹਦੇ ਇਹ ਕਈ ਵਾਰ ਮਤਲਬ ਅਗਰੈਸਿਵ ਹੋ ਜਾਂਦੀਆਂ ਅਤੇ ਵੱਢ ਵੀ ਸਕਦੇ ਔਰ ਜ਼ਹਿਰੀਲੀਆਂ ਹੁੰਦੀਆਂ। ਸੋ ਜੇ ਇੱਕ ਵੀ ਬੰਦੇ ਨੂੰ ਵੱਢ ਗਈਆਂ ਤਾਂ ਬਈ ਪੂਰੀ ਦੀ ਪੂਰੀ ਜਿਹੜੀ ਸ਼ਿਪ ਆ ਉਹ ਵਾਪਸ ਲਿਜਾਣੀ ਪਊਗੀ, ਜ਼ਹਿਰੀਲੀਆਂ ਹੁੰਦੀਆਂ, ਬੰਦੇ ਦੀ ਮੌਤ ਵੀ ਹੋ ਸਕਦੀ ਹੈ। ਇੱਧਰ ਸੂਰਜ ਦੇਵਤਾ ਨੇ ਵੀ ਥੋੜ੍ਹੇ ਦਰਸ਼ਨ ਦਿੱਤੇ ਆ, ਦੇਖੋ ਕਿੰਨਾ ਪਿਆਰਾ ਲੱਗ ਰਿਹਾ ਵੀ ਸਮੁੰਦਰ, ਦੂਰ ਤੱਕ ਚਮਕ ਪੈ ਰਹੀ ਹੈ ਸੂਰਜ ਦੀ। ਚਲੋ ਬਈ ਹੁਣ ਟਾਈਮ ਆ ਗਿਆ ਵਾਪਸ ਜਾਣ ਦਾ, ਉਹ ਖੜੀ ਆਪਣੀ ਸ਼ਿਪ, ਕਾਫੀ ਦੂਰ ਹੈ, ਦੇਖਣ ਨੂੰ ਨੇੜੇ ਲੱਗ ਰਹੀ ਹੈ, 10 ਮਿੰਟ ਲੱਗ ਜਾਣਗੇ ਉਹ ਉੱਥੇ ਤੱਕ ਪਹੁੰਚਦੇ ਹਾਂ ਵੀ। ਚਲੋ ਸੀਲਸ ਵੀ ਦੇਖ ਲਿਆ ਬਈ, ਔਰ ਆਹ ਦੂਜਾ ਗਰੁੱਪ ਵੀ ਮੈਨੂੰ ਲੱਗਦਾ ਆਉਣ ਲਈ ਤਿਆਰ ਹੋ ਗਿਆ ਹੁਣ। ਬਈ ਪਹੁੰਚ ਗਏ, ਚਲੋ ਹੁਣ ਚੜ੍ਹਦੇ ਹਾਂ, ਹੁਣ ਸ਼ਾਇਦ ਕੱਲ੍ਹ ਉਤਰਾਂਗੇ ਦੁਬਾਰਾ। ਲਓ ਵੀ ਪਹੁੰਚ ਗਏ ਵਾਪਸ, ਤੇ ਹੁਣ ਇੱਥੇ ਬੰਨਿਆ ਜਾ ਰਿਹਾ, ਹੁਣ ਚੱਲਾਂਗੇ ਆਪਾਂ ਉੱਤੇ। ਆ ਗਏ ਵਾਪਸ, ਇੱਕ ਸਵਾ ਘੰਟਾ ਲਵਾਇਆ ਇਹਨਾਂ ਨੇ, ਤੇ ਹੁਣ ਚੱਲਦੇ ਹਾਂ। ਅੱਛਾ ਸਿੱਧਾ ਇਹਦੇ ਵਿੱਚ ਦੀ ਇੱਥੇ ਹੀ ਲਾ ਕੇ ਆਪਦੇ ਬੂਟ ਤੇ ਦੂਜੇ ਪਾ ਕੇ ਤੇ ਆਪਾਂ ਵਾਪਸ ਜਾ ਸਕਦੇ ਹਾਂ। ਥੈਂਕ ਯੂ। ਆ ਗਏ ਆਪਾਂ, ਐਂ ਮੰਨ ਲਓ ਕਿ ਅੰਟਾਰਟਿਕਾ ਦੀ ਧਰਤੀ ਨੂੰ ਟੱਚ ਵੀ ਕਰਿਆ, ਕਿਉਂਕਿ ਬਈ ਪਾਣੀ ਟੱਚ ਕਰ ਲਓ ਜਾਂ ਕੁਛ ਮਰਜ਼ੀ ਕਰ ਲਓ, ਬਹੁਤ ਸਾਰੇ ਆਏ ਆਪਾਂ ਤੇ ਆ ਬਾਈ ਨਿਊਜ਼ੀਲੈਂਡ ਤੋਂ ਨੇ, ਕਾਫੀ ਹਸਮੁੱਖ ਜਿਹੇ ਬੰਦੇ ਨੇ, ਵਧੀਆ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ। ਉੱਤੇ ਤਾਂ ਜਾਣਾ ਇੱਕ, ਅੱਛਾ ਲਿਫਟ ਤੋਂ ਜਾ ਰਹੇ ਹਾਂ, ਦੋ ਜਾਣਾ ਹੈ। ਅੱਛਾ ਪਹਿਲੇ 5ਵੇਂ ਜਾਏਂਗੇ? ਹਾਂ ਪਹਿਲੇ ਕੱਪੜੇ। ਚਲੋ ਬਈ ਪਹਿਲਾਂ ਆ ਲਾ ਕੇ ਆਉਂਦੇ ਹਾਂ, ਫਿਰ ਗੱਲਬਾਤ ਕਰਦੇ ਹਾਂ ਤੇ ਫਿਰ ਦੱਸਦਾ ਤੁਹਾਨੂੰ। ਮਜ਼ਾ ਆਇਆ ਬਈ ਬਹੁਤ ਜ਼ਿਆਦਾ, ਤੁਹਾਨੂੰ ਵੀ ਹੋਪ ਕਿ ਆਇਆ ਹੋਊਗਾ। ਬਈ ਅੱਜ ਆਪਾਂ ਅੰਟਾਰਟਿਕਾ ਪਹੁੰਚ ਗਏ ਹਾਂ ਫਾਈਨਲੀ, ਫਿਰ ਸ਼ਾਮ ਨੂੰ ਆ ਗਏ ਸੀਗੇ ਬਈ, ਉਸ ਤੋਂ ਬਾਅਦ ਆ ਕੇ ਥੋੜ੍ਹੀ ਦੇਰ ਰੈਸਟ ਤਾਂ ਖੈਰ ਨਹੀਂ ਕੀਤਾ ਸੀ, ਗੇਮ ਖੇਡੀ। ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਅੰਟਾਰਟਿਕਾ ਦੇ ਹੋਰ ਪਾਰਟਸ ਦੇ ਵਿੱਚ ਉਤਰਾਂਗੇ, ਹੋਰ ਚੀਜ਼ਾਂ ਦੇਖਾਂਗੇ, ਵੱਡੇ ਪੈਂਗੁਇਨਸ, ਹੋਰ ਤਰ੍ਹਾਂ ਦੇ ਜਾਨਵਰ, ਪੰਛੀ ਔਰ ਹੋਰ ਜਾਣਕਾਰੀ ਆਪਾਂ ਹਾਸਲ ਕਰਾਂਗੇ।
ਮੈਨੂੰ ਤਾਂ ਬੜੀ ਜ਼ਿਆਦਾ ਐਕਸਾਈਟਮੈਂਟ ਆ ਵੀ ਕੱਲ੍ਹ ਜਦੋਂ ਆਪਾਂ ਉੱਥੇ ਉਤਰਾਂਗੇ। ਅੱਜ ਵੀ ਖੈਰ ਉੱਤਰ ਹੀ ਗਏ ਸਮਝ ਲਓ ਕਿ ਆਪਾਂ ਬੋਟ ਤੋਂ ਸ਼ਿਪ ਤੋਂ ਬਾਹਰ ਉਤਰੇ ਹਾਂ, ਗਏ ਹਾਂ ਜ਼ੋਡੀਆਕ ਅਤੇ ਕਾਫੀ ਚੀਜ਼ਾਂ ਦੇਖੀਆਂ ਅਤੇ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ, ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰੋ। ਜੇਕਰ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕਰਦੇ ਤਾਂ ਥੱਲੇ ਮੇਰੀ ਆਈਡੀ ਲਿਖੀ ਆ ਰਹੀ ਹੈ, ਓਫੀਸ਼ੀਅਲ ਨਵਦੀਪ ਬਰਾੜ, ਉੱਥੇ ਫੋਲੋ ਕਰ ਸਕਦੇ ਹੋ। ਚੰਗਾ ਜੀ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।